ਨਵੀਨੀ ਮਾਂ ਆ ਜਦੋਂ ਪੁੱਤਰ ਦੇ ਅੱਖਰੋਂ ਵੇਖੇ ਉਹ ਪੁੱਤਰ ਭਾਵੇਂ ਜ਼ਮਾਨੇ ਦਾ ਹੋਏ ਆ ਵੀ ਮਾਂ ਫੇਰ ਵੀ ਪਰਦੇ ਕੱਚਦੀ ਏ ਬੇ ਅਦਬ ਤੇ ਭਾਵੇਂ ਗੁਸਤਾਖ ਹੋਵੇ ਮਾਂ ਸਿਫਤਾਂ ਕਰਨਾ ਰੱਜਦੀ ਏ ਸੱਤਾਂ ਕੌਮਾਂ ਦੇ ਪੁੱਤਰ ਨੂੰ ਲੱਗੇ ਠੇਡਾ ਸੱਟ ਮਾਂ ਦੇ ਸੀਨੇ ਵਿੱਚ ਵੱਜਦੀ ਏ ਤਾਹਰ ਅਜਬ ਮੈਂ ਮਾਂ ਦਾ ਪਿਆਰ ਡਿਠਾ ਇੱਥਾਂ ਦਾ ਪੁੱਤਰ ਤੇ ਮਾਂ ਪਈ ਰੱਜਦੀ ਏ ਆ ਮਾਂ ਪੁੱਤਰ ਨੂੰ ਰੋਂਦਿਆਂ ਨਹੀਂ ਤੱਕਦੀ ਜਿਦਾ ਪੁੱਤਰ ਤਾਂ ਹਜਦ ਗਜ਼ਾਰ ਹੋਏਗਾ ਜਿਦਾ ਪੁੱਤਰ ਇਬਾਦਤ ਗਜ਼ਾਰ ਹੋਏਗਾ ਜਿਦਾ ਪੁੱਤਰ ਰਾਤਾਂ ਨੂੰ ਉੱਠ ਕੇ ਰੋਣ ਵਾਲਾ ਅੱਜ ਮਾਂ ਦੇ ਕਦਮਾਂ ਤੇ ਅਥਰੋ ਵਗਾਈ ਜਾਂਦਾ ਆਵੇ ਰੋ ਕੇ ਪਿਆ ਕਹਿੰਦਾ ਅੰਮਾ ਅੱਜ ਇਜਾਜ਼ਤ ਦੇ ਜੇ ਤੂੰ ਇਜਾਜ਼ਤ ਨਾ ਆ ਦਿੱਤੀ ਤੇਰੇ ਪੁੱਤਰ ਦਾ ਕਲੇਜਾ ਫਟ ਜਾਣਾ ਆਵੇ ਅੰਮਾ ਇਜਾਜ਼ਤ ਦੇ ਅੰਮਾ ਮੈਂ ਸੁਣਿਆ ਅਬੂ ਬਕਰ ਦੀ ਦੀਦ ਕਰਦੇ ਨੇ ਉਮਰ ਉਹਨਾਂ ਦੇ ਕੋਲ ਬਹਿੰਦੇ ਨੇ ਨੀ ਉਮਾ ਅਲੀ ਵੀ ਉਹਨਾਂ ਦੀ ਨੌਕਰੀ ਕਰਦੇ ਆਏ ਨੇ ਉਸ ਮਾਨੇ ਗਨੀ ਹਯਾ ਆਦੇ ਮਾਰਿਆ ਕੋਲ ਬਹਿੰਦੇ ਆਏ ਨੇ ਅੰਮਾ ਇਜਾਜ਼ਤ ਦੇ ਮੈਂ ਮਦੀਨਿਓ ਹੋ ਕੇ ਆਵਾਂਗਾ ਨੀ ਅੰਮਾ ਤੈਨੂੰ ਵੀ ਦੱਸਾਂਗਾ ਸਾਰੀ ਦੁਨੀਆ ਬਣਾ ਆਉਣ ਵਾਲੇ ਨੇ ਆਪਣਾ ਮਾਹੀ ਕਿੱਡਾ ਸੋਹਣਾ ਬਣਾਇਆ ਆਪਣਾ ਮਾਹੀ ਕਿੱਡਾ ਸੋਹਣਾ ਬਣਾਇਆ ਆਵੇ ਲੋਕੋ ਮਾਵਾਂ ਦੇ ਦਿਲ ਨਰਮ ਗੁਲਾਬੋ ਉਹ ਕਦੋਂ ਕਰਨ ਕਬੂਲ ਜੁਦਾਈ ਉਹ ਕਰ ਲੈਣ ਕਬੂਲ ਗਦਾਈ ਪੁੱਤਰਾਂ ਦੇ ਉਹ ਲਖਿਆ ਬਚਪਾਵਾਂ ਤੇ ਕਦੇ ਨਾ ਕਰ ਬੁਰਾਈ ਜਿਨੇ ਮਾਂ ਦੀ ਕਦਰ ਨਾ ਪਾਈ ਅਜ਼ੀਜ਼ ਨਗਰਮੀ ਆਮ ਮਾਂ ਪੁੱਤਰ ਨੂੰ ਰੋਣ ਨਹੀਂ ਦਿੰਦੀ ਜਿਹਦਾ ਪੁੱਤਰ ਨਿਕੋਕਾਰੀ ਹੋਏਗਾ ਜਿਹਦਾ ਪੁੱਤਰ ਗਿਟਕਾਂ ਚੁੱਕ ਕੇ ਓਠ ਚਾਰ ਕੇ
ਮਾਂ ਦਾ ਪੇਟ ਪਾਲਦਾ ਆਵੇ ਉਹਦਾ ਕਦੋਂ ਦਿਲ ਕਰਦਾ ਹੋਏਗਾ ਮੇਰਾ ਪੁੱਤਰ ਰੋਵੇ ਮਾਂ ਨੇ ਸੀਨੇ ਨਾਲ ਲਾਇਆ ਪੁੱਤਰਾ ਕੀ ਚਨਾਵੇਂ ਅੰਮਾ ਮਦੀਨੇ ਜਾਣਾ ਆਵੇ ਨਬੀ ਪਾਕ ਦੀ ਦੀਦ ਕਰਨੀ ਏ ਵਡੇਰੀ ਨਬੀ ਨੀ ਮਾਂ ਆ ਕਹਿੰਦੀ ਹੈ ਪੁੱਤਰਾ ਚਲਾ ਆ ਜਾ ਜਾਣ ਲੱਗੇ ਮਾਂ ਬਾਉ ਫੜ ਕੇ ਕਹਿੰਦੀ ਵੇ ਠਹਿਰ ਜਾ ਵੇ ਅਵੈਸ ਸੁਣਿਆ ਮੈਂ ਚਾਰ ਪੈਰ ਮਦੀਨੇ ਜਾਂਦਿਆਂ ਲੱਗਦੇ ਨੇ ਵੇ ਚਾਰ ਪੈਰ ਮਦੀਨੇ ਆਉਂਦਿਆਂ ਲੱਗਦੇ ਨੇ ਵੇ ਅੱਠਾਂ ਪੈਰਾਂ ਵਿੱਚ ਨਬੀ ਮਿਲਿਆ ਮਿਲਿਆ ਆਵੀ ਨਬੀ ਨਾ ਆ ਮਿਲੇ ਵੇ ਵੱਡੀ ਕੀ ਨਾ ਵੇ ਵਡੇਰੀ ਨਬੀ ਨੀ ਮਾਂ ਪਿੱਛੇ ਵਡੀਕਾਂ ਪਈ ਕਰਦੀ ਯਾ ਅਵੈਸੇ ਕਰਨੀ ਨੇ ਕੜਾ ਪਾਣੀ ਦਾ ਭਰਿਆ ਮਾਂ ਦੇ ਕੋਲ ਰੱਖਿਆ ਅਜੀਜ਼ਾਂ ਨੇ ਗਰਮੀ ਰੋਟੀਆਂ ਪਕਾਈਆਂ ਮਾਂ ਦੇ ਕੋਲ ਰੱਖੀਆਂ ਇੱਕ ਕਾਫਲਾ ਮਦੀਨੇ ਨੂੰ ਜਾਣ ਡਿਆ ਆਵੇ ਆਵਾਜ਼ਾਂ ਮਾਂ ਅਰ ਕੇ ਕਹਿੰਦੇ ਨੇ ਕਾਫਲੇ ਵਾਲੇ ਓ ਠਹਿਰ ਜਾਇਆ ਜੇ ਮੈਂ ਵੀ ਮਦੀਨੇ ਬੱਚਾ ਸੁਬਹਾ ਸੁਬਹਾ ਉੱਠ ਕੇ ਤੇ ਕਹਿੰਦਾ ਮੈਂ ਮਸੀਤੇ ਅੱਜ ਨਹੀਂ ਜਾਣਾ ਉਹ ਮਾਂ ਵਿਚਾਰੀ ਕਹਿੰਦੀ ਹੈ ਰੱਬ ਦਾ ਵਾਸਤੇ ਕਿਉਂ ਬਸ ਨਹੀਂ ਜਾਣਾ ਅੱਬਾ ਕੋਲ ਹੀ ਸੁੱਤਾ ਹੁੰਦਾ ਹੁੰਦਾ ਜੁੱਤੀ ਲਾ ਲੈਣੀ ਹੈ ਚੁੱਪ ਕਰਕੇ ਮਸੀਤੇ ਟੁਰ ਜਾ ਹੁਣ ਦੋਵਾਂ ਜੀਆਂ ਦਾ ਇੱਕ ਹੋ ਗਿਆ ਇੱਕ ਇਹ ਇਹ ਆਉਂਦਾ ਵੀ ਹੁਣ ਮਸੀਤੇ ਜਾਣਾ ਹੀ ਬਿਹਤਰ ਮਸੀਤੋਂ ਹੋ ਕੇ ਆ ਗਿਆ ਵਾ ਹੁਣ ਸਕੂਲੇ ਨਹੀਂ ਮੈਂ ਜਾਣਾ ਅੱਛਾ ਸਕੂਲੇ ਕਿਉਂ ਨਹੀਂ ਜਾਣਾ ਇਸ ਲਈ ਨਹੀਂ ਜਾਣਾ ਸਕੂਲੇ ਮੇਰੀ ਵਰਦੀ ਇਸਤਰੀ ਨਹੀਂ ਹੋਈ ਉਹ ਮਾਂ ਵੱਡੀਆਂ ਧੀਆਂ ਨੂੰ ਕਹਿੰਦੀ ਛੇਤੀ ਛੇਤੀ ਕਰੋ ਇਹਦੀ ਵਰਦੀ ਇਸਤਰੀ ਹੋ ਗਈ ਹੈ ਜੁੱਤੀ ਮੇਰੀ ਮਰਜ਼ੀ ਦੀ ਪਾਲਿਸ਼ ਨਹੀਂ ਹੋਈ ਉਹ ਵੱਡੀ ਧੀ ਨੂੰ ਕਹਿੰਦੀ ਹੈ ਚੱਲ ਕਰ ਹੋ ਪਾਲਿਸ਼ ਹੁਣ ਬਾਈ ਹੁਣ ਨਾਸ਼ਤਾ ਮੇਰੀ ਮਰਜ਼ੀ ਦਾ ਨਹੀਂ ਬਣਿਆ ਤਾਂ ਵੀ ਨਹੀਂ ਜਾਣਾ ਉਹ ਰਾਤ ਵਾਲੇ ਆਉਂਦੇ ਹੋ ਗਏ ਦਾਲ ਚੌਲ ਖਾ ਲਿਆ ਮੈਂ ਤੇ ਨਹੀਂ ਖਾਣੇ ਅੱਛਾ ਕੀ ਖਾਣਾ ਜੀ ਮੈਂ ਤੇ ਆਮਲੇਟ ਖਾਣੀ ਹੈ ਕੀ ਖਾਣਾ ਨਵੀਦ ਤੇਰੀ ਮਿਹਰਬਾਨੀ ਹੈ ਤੇਰੇ ਵੱਲ ਸਾਰਿਆਂ ਦਾ ਧਿਆਨ ਤੇ ਤੂੰ ਆਪਣੇ ਵੱਲ ਧਿਆਨ ਰੱਖ ਜ਼ਰਾ ਥੋੜ੍ਹਾ ਜਿਹਾ ਆਪਣੇ ਪੁੱਤਰਾਂ ਦਾ ਧੀਆਂ ਦਾ ਅੱਬਾ ਬਣ ਕੇ ਨਹੀਂ ਅੱਜ ਆਪਣੇ ਅੱਬੇ ਦਾ ਪੁੱਤਰ ਬਣ ਕੇ ਜ਼ਰਾ ਸੁਣੀ ਹਾਂ ਕੜੀ ਦੀ ਕੜੀ ਕੀ ਖਾਣਾ ਮੈਂ ਦਾਲ ਅੱਛਾ ਕੀ ਖਾਣਾ ਜੀ ਆਮਲੇਟ ਖਾਣਾ ਚਲੋ ਫਰਾਈ ਵੀ ਕਰ ਦਿਓ ਵੀ ਚੱਲ ਜਾਏਗਾ ਅੱਛਾ ਹੁਣ ਉਸ ਵਿਚਾਰੀ ਨੇ ਆਮਲੇਟ ਬਣਾ ਦਿੱਤਾ ਫਰਾਈ ਕਰ ਦਿੱਤਾ ਜੋ ਵੀ ਉਹਨੇ ਆਖਿਆ ਨਾਲ ਕੁੜਕਣਾ ਜਿਹਾ ਪਰੌਂਠਾ ਵੀ ਬਣਾ ਦਿੱਤਾ ਅੱਛਾ ਹੁਣ ਅੱਲਾ ਵਾਸਤੇ ਹੁਣ ਜਾ ਸਕੂਲੇ ਨਹੀਂ ਉਹ ਜਾਣਾ ਅੱਛਾ ਹੁਣ ਕਿਉਂ ਨਹੀਂ ਉਹ ਜਾਣਾ ਇਸ ਵਾਸਤੇ ਨਹੀਂ ਜਾਣਾ ਤੂੰ ਮੈਨੂੰ ਅੱਜ 10 ਰੁਪਏ ਦੇਣੇ ਸ਼ੁਕਰ ਹੈ ਤੁਹਾਡੀ ਪੈਸੇ ਵਾਲੂ ਤਵਜੋ ਮੁੱਕੀ ਹੈ ਤੇ ਆਪਣੀਆਂ ਆਦਤਾਂ ਵਾਲੇ ਪਾਸੇ ਗਈ ਹੈ ਕਿ ਅਸੀਂ ਰੋਜ਼ ਇਹ ਕਰਨੇ 10 ਨਹੀਂ ਲੈਣੇ ਅੱਛਾ 20 ਲੈ ਲੈ ਨਹੀਂ ਲੈਣੇ 20 ਅੱਛਾ ਚੱਲ 30 ਲੈ ਲੈ 40 ਵੀ ਨਹੀਂ ਲੈਣੇ 50 ਦਾ ਨੋਟ ਲੈ ਲੈ
ਦਾਦਾ ਕੋਲ ਬੈਠਾ ਤੇ ਉਹਦਾ ਦਿਲ ਐ ਕਰਦਾ ਪਿਆ ਜੇ 100 ਤਾਂ ਕੱਪੜਿਆਂ ਤੇ ਮੈਂ ਜੁੱਤੀ ਲਾ ਲੈਣੀ, ਜੇ 100 ਤਾਂ ਕੱਪੜਿਆਂ ਤੇ ਮੈਂ ਬੰਦਾ ਪ੍ਰੈਕਟੀਕਲ। ਹਾ ਹਾ ਦਾਦਾ ਇੰਜ ਦਿਲ ਪਿਆ ਦਾ ਕਰਦਾ, ਇੱਕ ਮਾੜਾ ਜਿਹਾ ਆਖੇ ਨਾ ਮੈਂ 100 ਲੈਣਾ ਤੇ 10 ਇਹਦੇ ਮੈਂ ਸਿਰ ਚ ਮਾਰਾਂ ਤੇ ਇਹਨੇ ਬਗੈਰ ਪੈਸਿਆਂ ਤੋਂ ਤੁਰ ਜਾਣਾ। ਲੇਕਿਨ ਉਹ ਜਿੰਨੇ ਉਹਨੂੰ ਜੰਮੇ ਹੈ ਨਾ, ਜਿੰਨੇ ਪਰੌਂਠਾ ਆਮਲੇਟ ਜੁੱਤੀ ਪਾਲਿਸ਼ ਕਰਕੇ ਦਿੱਤੀ, ਕੱਪੜੇ ਇਸਤਰੀ ਕਰਕੇ ਦਿੱਤੇ ਨੇ, ਉਹ ਨਾਲੇ ਸਹੁਰੇ ਵੱਲ ਵਹਿੰਦੀ ਹੈ ਪਈ ਤੇ ਨਾਲੇ ਪੁੱਤਰ ਵੱਲ ਵਹਿੰਦੀ ਹੈ ਪਈ। ਤੇ ਖੀਰ ਮੈਂ ਵੇਖਿਆ ਉਹਦੀਆਂ ਅੱਖਾਂ ਦੇ ਵਿੱਚ ਅਥਰੂ ਨੇ ਉਹਦੀਆਂ ਅੱਖਾਂ ਦੇ ਵਿੱਚ, ਮਾਂ ਦੀਆਂ ਅੱਖਾਂ ਦੇ ਵਿੱਚ, ਤੇਰੀਆਂ 'ਚ ਨਹੀਂ ਮਾਂ ਦੀਆਂ ਅੱਖਾਂ 'ਚ। ਤੋ ਕੀ ਕਹਿਣ ਲਈ ਹੈ, ਬੋ ਇਹਨੂੰ 100 ਹੀ ਦੇ ਹੜੋ, ਅੱਜ ਇਹਨੂੰ ਘੱਲਣਾ ਹੈ ਸਕੂਲੇ, 100 ਦਵੋ ਉਹ। ਤੇ ਉਹਦੀਆਂ ਅੱਖਾਂ 'ਚ ਨਾਲੇ ਅੱਥਰ ਨੇ, ਤੇ ਦਾਦਾ ਪਿਆ ਕਹਿੰਦਾ ਤੂੰ ਵਿਗਾੜ ਛੜਿਆ ਇਹਨੂੰ। ਤੇ ਮਾਂ ਭਲਾ ਕੀ ਆਉਂਦੀ ਹੈ, ਨਹੀਂ ਅੱਬੋ ਇਹ ਮੇਰਾ ਜੰਮਿਆ, ਇਹ ਮੇਰਾ ਪੁੱਤਰ ਹੋਇਆ ਨਾ, ਮੈਂ ਮਾਂ ਹਾਂ, ਮੈਂ ਮਾਂ ਵਾਂ, ਮੈਂ ਇਹਦੀ ਅੱਖ 'ਚ ਅੱਥਰ ਨਹੀਂ ਵੇਖ ਸਕਦੀ। ਅੱਜ ਇੰਨੇ ਲਾਡ ਵਹਾਨ ਮਾਂ ਜੀ ਹੁੰਦੀ ਹੈ, ਆਪਣੀ ਇਮਾਨਦਾਰੀ ਨਾਲ ਦੱਸ, ਇਹ ਹੋਈ ਮਾਂ ਜਿਹਨੂੰ ਸਵੇਰੇ ਸਵੇਰੇ ਉੱਠ ਕੇ ਤਰਸਾਨਾ, ਤੜਪਾਨਾ, ਲਾਡ ਵਹਾਨਾ, ਇਹ ਮਰ ਗਈ ਤੇ ਫਿਰ ਕਿਹਨੂੰ ਵਹਾਏਗਾ। ਕਦੀ ਸੋਚਿਆ ਕਿ ਇਹ ਹੋਈ ਮਾਂ ਮੇਰੀ ਜਿੱਦਣ ਮਰ ਗਈ, ਜਿਹਨਾਂ ਦੀ ਬਚਪਨ 'ਚ ਮਾਂ ਮਰ ਜਾਂਦੀ ਉਹ ਤੇ ਕੰਧਾਂ ਨਾਲ ਲੱਗ ਲੱਗ ਕੇ ਰੋਂਦੇ ਨੇ, ਉਹਨਾਂ ਨੂੰ ਕੋਈ ਉਹਨਾਂ ਦੇ ਅਥਰੂ ਪੂੰਝਣ ਵਾਲਾ ਨਹੀਂ ਹੁੰਦਾ। ਆਜ ਮਾਂ ਹੈ ਜਿਵੇਂ ਉਹਨੂੰ ਲਾਡ ਵਹਾਨਾ, ਇੰਜ ਉਹਦੇ ਆਖੇ ਵੀ ਲੱਗਿਆ ਕਰ। ਇਹ ਨਹੀਂ ਕਿ ਜਦੋਂ ਆਖੇ ਲੱਗਣ ਦੀ ਵਾਰੀ ਆਏ ਉਦੋਂ ਤੂੰ ਦੂਜੇ ਭਰਾ ਨੂੰ ਆਖੇ ਕਿ ਕੰਮ ਇਹ ਕਰ ਛੜੇ, ਨਹੀਂ। ਜਿੰਨਾ ਚਿਰ ਮਾਂ ਜਿਉਂਦੀ ਹੈ ਜਾਂ ਪਿਓ ਜਿਉਂਦਾ ਹੈ ਜਾਂ ਕੋਈ ਵਡੇਰਾ ਜਿਉਂਦਾ ਹੈ, ਉਹਨਾਂ ਦੀ ਕਦਰ ਕਰ ਲੈ। ਜਿਹੜਾ ਬੰਦਾ ਖੁਸ਼ ਹੋ ਕੇ ਅੰਮਾ ਨੂੰ ਵੇਖੇ ਜਾਂ ਅੱਬੇ ਵੱਲੋਂ ਵੇਖੇ, ਰੱਬ ਉਹਨੂੰ ਮਕਬੂਲ ਹੱਜ ਦਾ ਸਵਾਬ ਦਿੰਦਾ ਵੇ। ਜਿਹੜਾ ਬੰਦਾ ਖੁਸ਼ ਹੋ ਕੇ ਉਹਨਾਂ ਨੂੰ ਵੇਖੇ, ਰੱਬ ਉਹਦੇ ਵਾਸਤੇ ਜੰਨਤ ਦੇ ਵਿੱਚ ਮਹੱਲ ਬਣਾਉਂਦਾ ਵੇ। ਜਿਹੜਾ ਤਿੱਖੀ ਨਜ਼ਰ ਨਾਲ ਵੇਖੇ, ਅੱਗੇ ਕਰ ਸਾਹਿਬ ਨੇ ਤਕਰੀਬਨ 1 ਘੰਟਾ 50 ਮਿੰਟ ਤਕਰੀਰ ਕੀਤੀ ਹੈ, ਮੌਜੂ ਸਿਰਫ ਉਹਨਾਂ ਦਾ ਇਹੀ, ਇਹਨਾਂ ਦੀ ਬਦਵਾਹ ਕੋਲੋਂ ਬਾਜੋ, ਇਹਨਾਂ ਦੀ ਦੁਆ ਲਵੋ, ਇਹਨਾਂ ਦੀ ਦੁਆ ਲਵੋ, ਇਹਨਾਂ ਦੀ ਦੁਆ ਲਵੋ, ਇਹਨਾਂ ਦੀ ਦੁਆ 'ਚ ਬੜਾ ਕੁਝ ਹੈ, ਇਹਨਾਂ ਦੀ ਖਿਦਮਤ 'ਚ ਬੜਾ ਕੁਝ ਹੈ। ਨਹੀਂ ਪੈਸੇ ਦੇਣ ਜੋਗਾ, ਕਮ ਅਜ਼ ਕਮ ਉਹਨਾਂ ਕੋਲ ਬੈਗ ਤੇ ਸਹੀ ਹੋ ਯਾਰ। ਮੈਂ ਵੇਖਿਆ ਜਿੰਨੇ ਮਾਂ ਪਿਓ ਕੋਲ ਬਹਿੰਦੇ ਨੇ, ਸਿਰਫ ਆ ਕੇ ਬਹਿੰਦੇ ਨੇ ਸਿਰਫ, ਕਸਮ ਬਖੁਦਾ ਉਸ ਅੱਬੇ ਦੀਆਂ ਜੇਬਾਂ ਜਿਹੜੀਆਂ ਬਾਹਰੋਂ ਭਰੀਆਂ ਹੁੰਦੀਆਂ ਨੇ, ਜਿਹੜੀਆਂ ਅਫਸਰਾਂ ਕੋਲੋਂ ਭਰੀਆਂ ਹੁੰਦੀਆਂ ਨੇ, ਉਹਨੇ ਇਸ ਮਾੜੇ ਪੁੱਤਰ ਲਈ ਰੱਖੇ ਹੁੰਦੇ ਨੇ। ਬੜੀ ਵਾਰੀ ਆਖੀਏ ਨਾ ਚਾਚਾ ਕਾਹਦੇ ਲਈ ਦੇਣਾ ਵੇ, ਕਹਿੰਦਾ ਵਧਾਰੇ ਦੇਣਾ ਵਾ, ਮੈਂ ਚਾਚੇ ਨੂੰ 40 ਸਾਲਾਂ 'ਚ ਵਾਪਸ ਲੈਂਦਿਆਂ ਹਾਂ। ਨਹੀਂ ਵੇਖਿਆ ਉਸ ਚਾਚੀ ਨੂੰ ਵੀ ਪੈਸੇ ਵਾਪਸ ਲੈਂਦਿਆਂ, ਨਹੀਂ ਵੇਖਿਆ, ਬਲਕਿ ਉਹ ਜਿਕਰ ਉਹ ਆਪਣੀ ਕਮਾਈ ਨਾਲ ਟੋਟਾ ਖਾਣ ਜੋਗਾ ਨਾ ਹੋਏ। ਮਾਂ ਸਬੂਤੇ ਚੌਲ ਉਹਦੇ ਘਰ ਮਣਾਂ ਦੇ ਮਣ ਦੇ ਕੇ ਆਉਂਦੀ ਹੈ, ਕਿਉਂ? ਮੇਰਾ ਮਾੜਾ ਪੁੱਤਰ ਏ, ਮੇਰਾ ਮਾੜਾ ਪੁੱਤਰ ਏ। ਉਹ ਮਾੜਿਆ ਪੁੱਤਰਾ ਤੇਰੇ ਕੋਲ ਟਾਈਮ ਆ ਨਹੀਂ, ਤੇਰੇ ਕੋਲ ਟਾਈਮ ਆ ਨਹੀਂ ਕਿ ਮਾਂ ਕੋਲ 4 ਮਿੰਟ ਬਹਿ ਜਾਏ, ਪਿਓ ਕੋਲ 4 ਮਿੰਟ ਬਹਿ ਜਾਏ। ਅੱਜ ਜਦੋਂ ਇਹ ਦੌਲਤ ਖੁੱਸ ਜਾਂਦੀ ਹੈ, ਇਹ ਟੁਰ ਜਾਂਦੇ ਨੇ ਦੁਨੀਆਂ ਤੋਂ, ਪਤਾ ਉਦੋਂ ਲੱਗਦਾ ਓ ਹੋ ਇਹ ਤੇ ਬੜੀ ਵੱਡੀ ਮੇਰੇ ਕੋਲ ਦੌਲਤ ਸੀ ਤੇ ਮੈਂ ਇਹਨਾਂ ਦੀ ਕਦਰ ਨਹੀਂ ਕੀਤੀ। ਕਮਾਂ ਹੱਕੋ ਹੋ, ਜਿਸ ਦੌਰ ਵਿੱਚ ਵੀ ਕਿਸੇ ਨੇ ਕਦਰ ਕੀਤੀ ਉਹਦਾ ਅੱਜ ਨਾ ਹੈ, ਉਹਦਾ ਅੱਜ ਨਾ ਹੈ।
ਇਹਨੇ ਮਾਪਿਆਂ ਦੀ ਕਦਰ ਕੀਤੀ ਹੈ। ਰੱਬ ਉਹਨੂੰ ਥੋੜ ਨਹੀਂ ਆਉਣ ਦਿੰਦਾ, ਰੱਬ ਉਹਨੂੰ ਲੋੜਾਂ ਬਹੁਤੀਆਂ ਨਹੀਂ ਪੈਣ ਦਿੰਦਾ, ਰੱਬ ਉਹਨੂੰ ਵੱਡੇ ਵੱਡੇ ਮਤਿਆਨਾਂ 'ਚ ਨਹੀਂ ਪਾਉਂਦਾ। ਕਿਉਂ ਕਿ ਮਾਂ ਦੇ ਚਿੱਟੇ ਧੌਲਿਆਂ ਦਾ ਸਦਕਾ, ਬਾਪ ਦੀ ਚਿੱਟੀ ਦਾੜੀ ਦਾ ਸਦਕਾ, ਰੱਬ ਤੇਰੇ 'ਤੇ 70 ਰਹਿਮਤਾਂ ਦਿਨੇ ਕਰਦਾ, 70 ਰਹਿਮਤਾਂ ਰਾਤ ਨੂੰ ਕਰਦਾ। ਆਹ ਇੱਕ ਜਿਉਂਦੀ ਹੈ ਅਤੇ ਤੇਰੇ ਜਿਹਾ ਖੁਸ਼ਕਿਸਮਤ ਕੋਈ ਨਹੀਂ, ਅਤੇ ਜੇ ਨਾਲ ਅੱਬਾ ਵੀ ਹੈ ਵੇ ਅਤੇ ਤੇਰੇ ਜਿਹਾ ਤਾਂ ਕਿਸਮਤ ਵਾਲਾ ਹੈ ਹੀ ਕੋਈ ਨਹੀਂ। ਤਾਂ ਦਿਲ 'ਚ ਤਿਆਰ ਕਰੋ ਕਿ ਅੱਲਾ ਸਾਨੂੰ ਅਮਲ ਦੀ ਤੋਫੀਕ ਅਤਾ ਫਰਮਾਏ। ਮੇਰਾ ਪੁੱਤਰ, ਮੈਂ ਆਮਲੇਟ ਖਵਾਉਣ 'ਚ ਕੰਜੂਸੀ ਕੀਤੀ ਹੈ, ਕੋਈ ਮੇਰੀ ਗੱਲ ਦੀ ਸਮਝ ਨਾ ਆਈ ਹੋਏ, ਮੈਂ ਕੋਈ ਪਰਲੇ ਮਹੱਲੇ ਦੀ ਬੋਲੀ ਬੋਲੀ ਹੋਏ, ਨਹੀਂ ਨਾ, ਇਹ ਮੁੰਡਾ ਮੇਰੇ ਨਾਲ ਏ, ਇਹ ਪੈਸੇ ਇਕੱਠੇ ਕਰ ਲਏਗਾ, ਤੁਸੀਂ ਮੇਰੇ ਵੱਲ ਤਵੱਜੋ ਦੇਵੋ। ਇਹ ਕਰੀ ਪੋਲਾ ਜਿਹਾ ਸੁਭਾਅ ਨਾਲ ਆਇਆ ਆਪ, ਜਿਹੜੇ ਬਜ਼ੁਰਗ ਬੈਠੇ ਹੋ, ਤੁਹਾਨੂੰ ਇੱਕ ਨਿੱਕਾ ਜਿਹਾ ਜੁਮਲਾ, ਕਿ ਅੱਬਾ ਜਿਉਂਦਾ ਜਾਂ ਮਾਂ ਜਿਉਂਦੀ ਹੈ, ਯਾਰ ਖਿਦਮਤ ਕਰ ਲਵੋ ਜਿੰਨੇ ਜੋਗੇ ਹੈ, ਵਰਨਾ ਫਿਰ ਮੇਰੇ ਜੇ ਬੜੇ ਨੇ ਕਿ ਜਿਹੜੇ ਕਹਿੰਦੇ ਹੁੰਦੇ ਨੇ, ਕਾਸ਼ ਯਾਰ ਕਾਸ਼ ਅੱਜ ਬੜਾ ਪੈਸਾ ਰੱਬ ਅੰਮਾ ਅੱਬਾ ਹੁੰਦੇ, ਕਰੋੜਾਂ ਪਤੀ, ਪੈਟਰੋਲ ਪੰਪਾਂ ਦਾ ਮਾਲਕ, ਅਰਬਾਂ ਦਾ ਮਾਲਕ, ਮਰਬਿਆਂ ਦਾ ਮਾਲਕ, ਅਤੇ ਮੈਂ ਉਹਦੇ ਕੋਲ ਬੈਠਾ ਤਾਂ ਰੋਂਦਾ ਪਿਆ, ਮੈਂ ਖੈਰ ਆ ਜੀ ਖੈਰ ਹੀ ਹੈ। ਕਹਿੰਦਾ ਕਰੀ ਸਾਹਿਬ, ਮੈਂ ਜਦੋਂ ਘਰ ਜਾਂਦਾ ਨਾ, ਅਤੇ ਜਿਹਨੇ ਜਾਗ ਲਾਈ ਸੀ ਨਾ ਮੇਰੇ ਪਿਓ ਨੇ, ਵਦਾਨ ਮਾਰ, ਵਦਾਨ ਸਮਝਦੇ ਵੱਡਾ ਜਿਹਾ ਥੌੜਾ ਜਿਹੜਾ ਹੁੰਦਾ, ਵਦਾਨ ਮਾਰ ਮਾਰ ਕੇ ਮੇਰੇ ਪਿਓ ਮੈਨੂੰ ਪਾਲਿਆ, ਮੇਰੇ ਅੱਬੇ ਬੜਾ ਪਸੀਨਾ ਕੱਢਿਆ ਮੇਰੀ ਖਾਤਰ, ਮੇਰੀ ਮਾਂ ਗੋਏ ਪੱਥ ਪੱਥ ਮੈਨੂੰ ਮੈਟ੍ਰਿਕ ਕਰਾਈ। ਉਹ ਜਾਗ ਲਾਉਣ ਵਾਲੇ ਹੁਣ ਜਦੋਂ ਘਰ ਜਾਂਦਾ ਤਾਂ ਨਜ਼ਰੀ ਨਹੀਂ ਆਉਂਦੇ। ਉਹ ਜਿਸ ਕਮਰੇ 'ਚ ਮਾਂ ਬੈਠੀ ਹੁੰਦੀ ਸੀ ਉਹ ਕਮਰਾ ਤਾਂ ਹੈ ਲੇਕਿਨ ਮਾਂ ਕੋਈ ਨਹੀਂ, ਜਿੱਥੇ ਅੱਬਾ ਬੈਠਾ ਹੁੰਦਾ ਸੀ ਉਹ ਜਗ੍ਹਾ ਤਾਂ ਹੈ ਵੇ ਲੇਕਿਨ ਬਾਪ ਕੋਈ ਨਹੀਂ। ਜਿਹਨਾਂ ਦਾ ਹੈ ਜੇ ਯਾਰ ਕਦਰ ਕਰ ਲਓ, ਤੁਸੀਂ ਤੋਜੋ ਨਾਲ ਸੁਣਨੀ ਹੈ, ਜੇ ਅੰਮਾ ਹੈ ਹੱਥ ਚੁੰਮਿਆ ਕਰੋ, ਬਾਪ ਹੈ ਹੱਥ ਚੁੰਮਿਆ ਕਰੋ, ਨਹੀਂ ਚੁੰਮਣੇ ਜਾਂਦੇ ਤੇ ਕੰਮ ਅਜ ਕੰਮ ਯਾਰ ਉਹਨਾਂ ਦੇ ਆਖੇ ਲੱਗਿਆ ਕਰੋ। ਮੈਂ ਵੇਖਿਆ ਜਿਹਨਾਂ ਦੇ ਪੁੱਤਰ ਆਖੇ ਲੱਗਦੇ ਨੇ, ਸਿਰਫ ਦੇਂਦੇ ਨਹੀਂ ਪੈਸੇ, ਉਹਨਾਂ ਦੇ ਮਾਪੇ ਸਾਰੇ ਵਿਹੜੇ ਮਹੱਲੇ ਨੂੰ ਦੱਸਦੇ ਨੇ, ਮੇਰਾ ਪੁੱਤਰ ਬੜਾ ਚੰਗਾ ਹੈ, ਮੇਰਾ ਪੁੱਤਰ ਬੜਾ ਚੰਗਾ। ਮਾਵਾਂ ਦੀਆਂ ਸਹੇਲੀਆਂ ਮੈਂ ਵੇਖਿਆ, ਮਾਂ ਮਰ ਗਈ ਹੈ ਉਹਦੀਆਂ ਸਹੇਲੀਆਂ ਮੱਥਾ ਚੁੰਮਦੀਆਂ ਨੇ, ਵੀ ਤੇਰੀ ਮਾਂ ਤੇਰੇ 'ਤੇ ਰਾਜ਼ੀ ਗਈ ਆ, ਤੇਰੀ ਮਾਂ ਤੈਨੂੰ ਬੜੀਆਂ ਦੁਆਵਾਂ ਦਿੰਦੀ ਸੀ, ਕਹਿੰਦੀ ਸੀ ਮੈਂ ਕਲੇਜੀ ਕੁੱਕੜੀ ਦੀ ਮੰਗਣੀ ਆ, ਮੇਰਾ ਪੁੱਤਰ ਮੈਨੂੰ ਲੇਲੇ ਦੀ ਕਲੇਜੀ ਲਿਆ ਕੇ ਦਿੰਦਾ, ਮੇਰੇ ਪੁੱਤਰ ਦੀਆਂ ਫਰਿੱਜਾਂ ਗੋਸ਼ਤ ਨਾਲ ਭਰੀਆਂ ਰਹਿੰਦੀਆਂ, ਮੇਰੇ ਪੁੱਤਰ ਦੀਆਂ ਫਰਿੱਜਾਂ ਹਾਂਜੀ ਫਰੂਟ ਨਾਲ ਭਰੀਆਂ ਰਹਿੰਦੀਆਂ ਨੇ, ਦੁੱਧ ਨਾਲ ਭਰੀਆਂ ਰਹਿੰਦੀਆਂ ਨੇ। ਮੇਰੀ ਵਡੇਰੀ ਮਾਂ ਹੈ, ਇਹਨੂੰ ਦੁੱਧ ਕਿਸੇ ਕੋ ਮੰਗਣਾ ਨਾ ਪਵੇ, ਫਰੂਟ ਕਿਸੇ ਕੋ ਮੰਗਣਾ ਨਾ ਪਵੇ। ਆ ਜਾ ਮਾਂ ਕੀ ਹੈ, ਅੱਗੇ ਸੁਣ ਯਾਰ, ਇੱਧਰ ਸੁਣ, ਮੇਰੇ ਤੋਜੋ ਇੱਧਰ ਤੱਕ, ਉਹ ਤੂੰ ਫਰੈਂਡ ਤੇ ਬਹਿ ਕੇ ਤੇ ਆਪਸ ਚ ਗੱਲਾਂ ਕਰਨ ਡਿਆ, ਤੋ ਜੋ ਕਰਦਾ ਰਾ। ਇੱਕ ਅਦੀਬ ਬੜਾ ਵੱਡਾ ਅਦੀਬ ਸਾਡੇ ਅੰਗ ਦਾ ਹੀ, ਉਹ ਜਨਾਬ ਉਹ ਨਖੱਟੂ ਹੀ ਪਹਿਲਾਂ ਸਮਝ ਹੀ ਨਾ ਆਈ, ਔਰ ਇੱਕ ਫਲਸਫੀ ਦੇ ਬਾਰੇ ਆਉਂਦਾ, ਕਹਿੰਦਾ ਮਾਂ ਦੀ ਮਮਤਾ ਦੀ ਉਦਣ ਪਤਾ ਲੱਗੀ ਕਿ ਜਿੱਦਣ ਅਸੀਂ ਚਾਰ ਭੈਣ ਭਰਾ ਹਾਂ ਤੇ ਮਾਂ ਨੇ ਚਾਰ ਟੋਟੇ ਕੀਤੇ ਸੇਬ ਦੇ, ਤੇ ਆਹ ਆਖਿਆ ਅੰਮਾ ਜੀ ਤੁਸੀਂ ਪਹਿਲਾਂ ਖਾਓ, ਤੇ ਮਾਂ ਨੇ ਕਿਹਾ ਮੈਨੂੰ ਸੇਬ ਪਸੰਦ ਹੀ ਨਹੀਂ। ਉਹ ਫਲਸਫੀ ਕਹਿਣ ਲੱਗਾ, ਮੇਰਾ ਦਿਲ ਕਰੇ ਮੈਂ ਚੀਖਾਂ ਮਾਰ ਮਾਰ ਕੇ ਰੋਵਾਂ, ਅੰਮਾ ਸਾਡੀ ਖਾਤਰ ਤੋਂ ਆਪਣੀ ਪਸੰਦ ਹੀ ਕਹਿੜਿਆ ਕਿ ਮੈਨੂੰ ਪਸੰਦ ਨਹੀਂ। ਔਰ ਇਹ ਜਿਹੜਾ ਅਦੀਬ ਹੈ, ਕਹਿੰਦਾ ਮੈਂ ਸਵੇਰੇ ਅੰਮਾ ਕਹਿਣ ਲੱਗੀ ਨਾਸ਼ਤਾ ਕਰ ਲੈ, ਮੈਂ ਕਿਹਾ ਨਹੀਂ ਉਹ ਕਰਨਾ, ਦੁਪਹਿਰੀ ਕਹਿਣ ਲੱਗੀ ਲੰਚ ਕਰ ਲੈ, ਮੈਂ ਕਿਹਾ ਨਹੀਂ ਉਹ ਕਰਨਾ, ਰਾਤੀ ਮਾਂ ਕਹਿੰਦੀ ਐਵੇਂ ਡਿਨਰ ਕਰ ਲੈ, ਮੈਂ ਕਿਹਾ ਨਹੀਂ ਉਹ ਕਰਨਾ। ਅਜੀਜ਼ਾ ਨੇ ਗ੍ਰਾਮੀ, ਜਦੋਂ ਰਾਤ ਢਲ ਗਈ ਹੈਂਜੀ, ਥੋੜਾ ਜਿਹਾ ਗਾਂਹ ਨੂੰ ਵਕਤ ਗਿਆ ਇਸ਼ਾ ਤੋਂ, ਤੇ ਮਾਂ ਨੇ ਦੁੱਧ ਗਰਮ ਕਰਕੇ ਲਿਆਂਦਾ ਤੇ ਆਖਿਆ ਲੈ ਵੇ ਪੁੱਤਰਾ ਪੀ ਲੈ। ਕਹਿੰਦਾ ਮੈਂ ਗਲਾਸ ਹੀ ਭੰਨ ਛੜਿਆ,
ਦੁੱਧ ਰੁੜ ਗਿਆ ਤੇ ਮੇਰੀ ਮਾਂ ਬਜਾਏ ਗੁੱਸਾ ਕਰਨ ਦੇ ਮੈਨੂੰ ਮਾਰਨ ਦੇ ਵੀ ਸਵੇਰੇ ਨਾਸ਼ਤਾ ਦਿੱਤਾ ਸੀ ਉਹ ਵੀ ਨਹੀਂ ਉਹ ਖਾਧਾ, ਦੁਪਹਿਰੀ ਦੁਪਹਿਰ ਦਾ ਲੰਚ ਦਿੱਤਾ ਨਹੀਂ ਉਹ ਖਾਧਾ, ਡਿਨਰ ਦਿੱਤਾ ਨਹੀਂ ਉਹ ਖਾਧਾ, ਇਹ ਦੁੱਧ ਦਿੱਤਾ ਪਿਆਲਾ ਤੋੜ ਛੱਡਿਆ ਤੇ ਨਾਲੇ ਦੁੱਧ ਰੋੜ ਛੱਡਿਆ, ਦੋ ਮਾਰਾਂ ਤੇਰੀ ਧੌਣ ਦੇ ਉੱਤੇ। ਇਹ ਕਹਿਣ ਦੀ ਬਜਾਏ ਮਾਂ ਮੱਥਾ ਚੁੰਮ ਕੇ ਕਹਿੰਦੀ ਹੈ ਵੇ ਪੁੱਤਰਾ ਤੈਨੂੰ ਬੁਖਾਰ ਤੇ ਨਹੀਂ ਚੜਿਆ, ਵੇ ਤੈਨੂੰ ਕੋਈ ਵੀ ਚੀਜ਼ ਪਸੰਦ ਨਹੀਂ, ਵੇ ਤੈਨੂੰ ਕਿਤੇ ਬੁਖਾਰ ਤੇ ਨਹੀਂ ਚੜ ਗਿਆ। ਅਦੀਬ ਕਹਿੰਦਾ ਚੀਖਾਂ ਮਾਰ ਮਾਰ ਕੇ ਰੋਇਆ ਵਾ ਮਾਂ ਤੇਰੀ ਮਮਤਾ, ਮੈਂ ਸੁਬਹ ਦਾ ਖਾਣਾ ਨਹੀਂ ਖਾਧਾ, ਦੁਪਹਿਰ ਦਾ ਨਹੀਂ ਖਾਧਾ, ਤੈਨੂੰ ਕੀ ਪਤਾ ਮੈਂ ਜਾਣ ਬੁੱਝ ਕੇ ਨਹੀਂ ਖਾਧਾ, ਮੈਂ ਰਾਤ ਦਾ ਨਹੀਂ ਖਾਧਾ, ਇਹ ਅੰਮਾ ਮੈਂ ਸੌਣ ਲੱਗਿਆ, ਤੈਨੂੰ ਪਤਾ ਮੇਰਾ ਪੁੱਤਰ ਦੁੱਧ ਪੀ ਕੇ ਸੌਂਦਾ, ਮੈਂ ਨਹੀਂ ਪੀਤਾ, ਲੇਕਿਨ ਤੇਰੀ ਮਮਤਾ ਨੂੰ ਸਲਾਮ ਕਹਿਣਾ ਵਾ। ਤੂੰ ਗੁੱਸਾ ਕਰਨ ਦੀ ਬਜਾਏ ਮੈਨੂੰ ਕਹਿਣ ਡਈ ਹੈ ਤੈਨੂੰ ਕਿਤੇ ਬੁਖਾਰ ਨਹੀਂ ਚੜਿਆ। ਆਖਰੀ ਮਿਸਾਲ, ਉਸ ਤੋਂ ਬਾਅਦ ਇੱਕ ਮਾਂ ਦੀ ਸ਼ਾਨ ਦੇ ਵਿੱਚ ਵਾਕਿਆ, ਦੋ ਅੱਬੇ ਦੀ ਸ਼ਾਨ ਚ ਵਾਕੇ, ਮੇਰੀ ਹਾਜ਼ਰੀ ਮੁਕੰਮਲ। ਪੋਲਾ ਜਿਹਾ ਕਹੀਂ ਜ਼ਰਾ ਸੁਬਹਾਨ ਅੱਲਾ। ਵਾਹ ਵਾਹ ਵਾਹ, ਤੁਹਾਡੀ ਸੁਬਹਾਨ ਅੱਲਾ ਤੋਂ ਕੁਰਬਾਨ ਜਾਵਾਂ, ਜਦੋਂ ਪਹਿਲੀ ਵਾਰੀ ਤੁਸੀਂ ਸੁਬਹਾਨ ਅੱਲਾ ਕਹੀ ਸੀ ਮੈਂ ਕਿਹਾ ਭਾਵੇਂ ਹੋ ਰਹੇ ਹੋ ਨਾਰਾਜ਼ ਹੋ ਗਏ ਨੀ, ਅੱਗੇ ਦਿਨੇ ਦਿਨੇ ਆਈਦਾ ਸੀ ਤੇ ਬਾਬਾ ਚੰਗਾ ਭਲਾ ਸੁਣਦੇ ਹਨ, ਅੱਜ ਰਾਤੀ ਆ ਗਏ ਹੋਰ ਸੁਣਨਾ ਨੇ ਕਿ ਨਹੀਂ ਸੁਣਨਾ। ਅੱਲਾ ਤੁਹਾਡਾ ਇੱਕ ਇੱਕ ਕਦਮ ਕਬੂਲ ਫਰਮਾਏ, ਇੱਕ ਇੱਕ ਮਿੰਟ ਬਹਿਣਾ ਅੱਲਾ ਕਬੂਲ ਫਰਮਾਏ। ਇੱਕ ਆਖਰੀ ਮਿਸਾਲ, ਇੱਕ ਅੰਮਾ ਦਾ ਵਾਕਿਆ, ਇੱਕ ਜਾਂ ਦੋ ਅੱਬੇ ਦੇ ਵਾਕਿਆ, ਮੈਂ ਖਲਾਸ ਆਣਾ ਫਿਰ ਖਲਾਸ ਆਣਾ ਗੋਲ ਹਾਦਾ ਆਣਾ ਇਨਸ਼ਾਅੱਲਾ ਗੋਲ। ਮੇਰਾ ਇੱਕ ਦੋਸਤ ਹੈ ਮੇਰਾ ਨਮਾਜ਼ੀ, ਜਦੋਂ ਮੈਂ ਵੈਸੇ ਕਰਨੀ ਦਾ ਵਾਕਿਆ ਸੁਣਾਉਣਾ ਤਾਂ ਉਹਦੀਆਂ ਅੱਖਾਂ ਚੱਥਰ ਹੁੰਦੇ ਨੇ, ਤਾਂ ਮੈਂ ਨਾ ਯਾਰ ਤੂੰ ਇਹਨਾਂ ਰੋਣਾ ਕਿਉਂ ਹੈ, ਕਹਿੰਦਾ ਕਾਰੀ ਜਦੋਂ ਤੂੰ ਇਹ ਵਾਕਿਆ ਸੁਣਾਉਂਦਾ ਨਾ ਤਾਂ ਮੈਨੂੰ ਮੇਰੀ ਅੰਮਾ ਯਾਦ ਆ ਜਾਂਦੀ ਹੈ। 36 ਸਾਲ ਹੋਏ ਅੰਮਾ ਨੂੰ ਫੌਤ ਹੋਇਆ, ਕਿੰਨੇ ਸਾਲ 36 ਸਾਲ ਹੋ ਗਏ ਨੇ, ਅਤੇ ਜਦੋਂ ਵੈਸੇ ਕਰਨੀ ਦਾ ਵਾਕਿਆ ਸੁਣਾਉਂਦਾ ਤਾਂ ਉਦੋਂ ਇੰਝ ਹੀ ਲੱਗਦਾ ਮੇਰੀ ਅੰਮਾ ਦਾ ਵਾਕਿਆ ਸੁਣਾਉਣ ਡਿਆ। ਮੈਂ ਕਿਹਾ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਤੋਜੋ ਕਰੀ ਯਾਰ, ਇੱਕ ਗੱਲ ਦੀ ਸਮਝ ਨਹੀਂ ਆਈ ਕਿ ਜਦੋਂ ਅਵੈਸੇ ਕਰਨੀ ਵਾਪਸ ਆਏ ਨੇ ਤੇ ਵਡੇਰੀ ਨਵੀਨੀ ਮਾਂ ਹੀ ਉਸ ਮਾਂ ਨੂੰ ਕਿੰਜ ਪਤਾ ਲੱਗਾ ਕਿ ਪੁੱਤਰ ਆ ਗਏ ਆਵੇ। ਉਹਨੇ ਕਿਹਾ ਮੈਂ ਸੁਣਾਵਾਂ, ਮੈਂ ਕਿਹਾ ਸੁਣਾ, ਕਹਿੰਦਾ ਭੋ ਮੰਗ ਦੀਆਂ ਰਾਤਾਂ ਆਉਣ ਤੇ ਮੈਂ ਲਾਹੌਰੋਂ ਵਾਪਸ ਆਇਆ, ਜਦੋਂ ਵਾਪਸ ਆਇਆ ਤੇ 2:30-3 ਵੱਜ ਗਏ, ਕੱਕਰ ਬੇਬਾ ਧੁੰਦ ਬੇਬਾ, ਤੇ ਜਦੋਂ 2:30-3 ਵਜੇ ਮੈਂ ਵਾਪਸ ਆਇਆ ਤੇ ਮੈਂ ਆਪਣੇ ਬੈਰਿਆਂ ਨੂੰ ਯਾਨੀ ਦਰਵਾਜ਼ੇ ਨੂੰ ਨਾ ਤੇਲ ਲਾਇਆ ਸੀ ਚੀਂ ਨਾ ਕਰੇ, ਆਪਣੀ ਕੱਛੇ ਮੈਂ ਜੁੱਤੀ ਲੈ ਲਈ ਕਿ ਮੇਰੀ ਮਾਂ ਕਿਤੇ ਉਹਦੀ ਨੀਂਦ ਖਰਾਬ ਨਾ ਹੋ ਜਾਏ। ਮੈਂ ਇੰਜ ਜੁੱਤੀ ਕੱਛੇ ਲਾਈਏ, ਇੰਜ ਦਰਵਾਜ਼ਾ ਪੋਲਾ ਜਿਹਾ ਖੋਲਿਆ, ਤੇ ਜਦੋਂ ਮੈਂ ਕਦਮ ਅੰਦਰ ਰੱਖਿਆ ਬਰਾਂਡੇ ਦੇ ਵਿੱਚ ਤੇ ਮੇਰੀ ਵਡੇਰੀ ਮਾਂ ਕਹਿੰਦੀ ਹੈ ਪੁੱਤਰ ਆ ਗਿਆ ਵੇ, ਵੇ ਪੁੱਤਰ ਆ ਗਿਆ ਵੇ, ਤੇ ਕਹਿੰਦਾ ਮੇਰਾ ਦਿਲ ਕਰੇ ਕਿ ਮੈਂ ਉੱਚੀ ਉੱਚੀ ਰੋਵਾਂ ਤੇ ਮਾਂ ਕੋਲੋਂ ਪੁੱਛਾਂ ਅੰਮਾ ਤੈਨੂੰ ਕਿੰਜ ਪਤਾ ਲੱਗਾ ਤੇਰਾ ਪੁੱਤਰ ਆ ਗਿਆ, ਤੇ ਕਹਿੰਦਾ ਮੇਰੀ ਨਵੀਨੀ ਵਡੇਰੀ ਮਾਂ ਨੇ ਆਖਿਆ ਵੇ ਪੁੱਤਰਾਂ ਦੀਆਂ ਖੁਸ਼ਬੋਵਾਂ ਅਨੋਖੀਆਂ ਹੁੰਦੀਆਂ ਨੇ, ਪੁੱਤਰਾਂ ਦੀਆਂ ਖੁਸ਼ਬੋਵਾਂ ਅਨੋਖੀਆਂ ਹੁੰਦੀਆਂ ਨੇ, ਪੁੱਤਰ ਜਦੋਂ ਘਰ ਆਉਂਦੇ ਨੇ ਮਾਵਾਂ ਨੂੰ ਪਤਾ ਲੱਗ ਜਾਂਦਾ ਵੇ। ਅਜ਼ੀਜ਼ਾ ਨੇ ਗ੍ਰਾਮੀ ਇੱਥੇ ਹੀ ਨਹੀਂ ਗੱਲ ਮੁੱਕੀ, ਉਹ ਮੇਰਾ ਨਮਾਜ਼ੀ ਕਹਿੰਦਾ ਕਾਰੀ ਸਾਹਿਬ ਮੈਂ ਉਹ ਰੋ ਕੇ ਤੇ ਮੇਰਾ ਦਿਲ ਕਰੇ ਗਲਮਾਂ ਪਾੜਾਂ ਕਲੇਜਾ ਚੀਰਾਂ ਲੋਕਾਂ ਨੂੰ ਦੱਸਾਂ ਐ ਜੇ ਮਾਂ ਰਾਤ ਦੇ 2:30-3 ਵਜੇ ਨੇ ਧੁੰਦ ਪਈ ਏ ਕੱਕਰ ਪਿਆ, ਲੇਕਿਨ ਮੇਰੀ ਮਾਂ ਜਾਗਦੀ ਹੈ ਪਈ ਔਰ ਕਹਿੰਦੀ ਹੈ ਪੁੱਤਰਾ ਆ ਗਿਆ ਵੇ, ਘਰ
ਘਰੋਂ ਬਾਹਰ ਹੋਵਣ ਪੁੱਤਰ ਮਾਵਾਂ ਦੇ ਜੇ ਮਾਵਾਂ ਨੂੰ ਕੀ ਸੋਚ ਵਿਚਾਰ ਆਉਂਦੇ ਠੰਡ ਨਹੀਂ ਪੈਂਦੀ ਮਾਂ ਦੀ ਆਤਮਾ ਨੂੰ ਜਿੰਨੀ ਦੇਰ ਨੀ ਘਰਾਂ ਨੂੰ ਲਾ ਲਾਉਂਦੇ ਕਈ ਯਾਰਾਂ ਚ ਰਾਤ ਗੁਜ਼ਾਰ ਲੈਂਦੇ ਕਿਉਂਕਿ ਬੇਲੀਆਂ ਬਿਨਾ ਨਹੀਂ ਨਾ ਰਹਿ ਰਹਿੰਦੀ ਇੱਧਰ ਮਾਂ ਨੂੰ ਮਾਣੀ ਦਾ ਹਾਲ ਵੇਖੋ ਬੂਆ ਖੋਲ ਬੂਵੇ ਵਿੱਚ ਬਹਿ ਰਹਿੰਦੀ ਵਡੇਰੀ ਮਾਂ ਮੇਰੀ ਜਿਹੜੀ ਹੈ ਉਹ ਬੈਠੀ ਹੈ ਤੇ ਕਹਿੰਦੀ ਹੈ ਪੁੱਤਰ ਆ ਗਏ ਆਵੇਂ ਕਹਿੰਦਾ ਮੈਂ ਮਾਂ ਦੇ ਕੋਲ ਅਥਰੂ ਵਗਾ ਕੇ ਜਦੋਂ ਘਰ ਆਪਣੇ ਕਮਰੇ ਚ ਚੱਲਾ ਤੇ ਮੇਰੀ ਵਡੇਰੀ ਮਾਂ ਨੇ ਪਿੱਛੋਂ ਆਵਾਜ਼ ਮਾਰੀ ਤਵੱਜੋ ਕਰੀ ਜ਼ਰਾ ਕਹਿੰਦਾ ਮੇਰੀ ਮਾਂ ਨੇ ਆਵਾਜ਼ ਮਾਰੀ ਵੇ ਮਾਂ ਮਰ ਜਾਊ ਵੇ ਮਾਂ ਮਰ ਜਾਊ ਵੇ ਠਹਿਰ ਜਾ ਕਹਿੰਦਾ ਮੈਂ ਜਦੋਂ ਠਹਿਰਿਆ ਪਿੱਛੇ ਵੇਖਿਆ ਮੇਰੀ ਮਾਂ ਦੇ ਕਦਮਾਂ ਦੇ ਵਿੱਚ ਇੱਕ ਨਿੱਕੀ ਜਿਹੀ ਅੰਗੀਠੀ ਉਸ ਅੰਗੀਠੀ ਦੇ ਉੱਤੇ ਇੱਕ ਨਿੱਕੀ ਜਿਹੀ ਕੁੱਜੀ ਉਸ ਕੁੱਜੀ ਦੇ ਵਿੱਚ ਗਰਮਾ ਗਰਮ ਦੁੱਧ ਤੇ ਮਾਂ ਦੇ ਅਥਰੂ ਨੇ ਤੇ ਕਹਿਣ ਡਈ ਵੇ ਮੈਨੂੰ ਪਤਾ ਵੇ ਮੇਰਿਆ ਪੁੱਤਰਾ ਤੂੰ ਦੁੱਧ ਪੀ ਕੇ ਸੌਣਾ ਵੇ ਮੈਂ ਗਰਮਾ ਗਰਮ ਦੁੱਧ ਰੱਖਿਆ ਐਲਾ ਪੀ ਕੇ ਸੌ ਕਹਿੰਦਾ 36 ਸਾਲ ਹੋ ਗਏ ਨੇ ਮਾਂ ਮਰ ਗਈ ਏ ਅੱਜ ਤੱਕ ਕਿਸੇ ਖੁੱਲਾ ਦਰਵਾਜ਼ਾ ਨਹੀਂ ਰੱਖਿਆ ਅੱਬਾ ਬਾਹਰ ਏ ਨਹੀਂ ਇਹ ਮਾਂ ਨੂੰ ਹੀ ਸ਼ਰਫਾਂ ਨੇ ਜਿਹੜੀ ਅੱਧੀ ਰਾਤ ਤੱਕ ਦਰਵਾਜ਼ਾ ਖੋਲ ਕੇ ਬਹਿ ਰਹਿੰਦੀ ਸੀ ਮੇਰਾ ਪੁੱਤਰ ਗਿਆ ਜਿਹੜੀ ਪੈਰਾਂ ਦੇ ਵਿੱਚ ਅੰਗੀਠੀ ਰੱਖ ਕੇ ਕੁੱਜੀ ਰੱਖ ਕੇ ਦੁੱਧ ਗਰਮ ਕਰਕੇ ਦਿੰਦੀ ਸੀ ਕਹਿੰਦਾ 36 ਸਾਲਾਂ ਦੇ ਵਿੱਚ ਕਿਸੇ ਨੇ ਐ ਮੁਹੱਬਤ ਨਹੀਂ ਦਿੱਤੀ ਆ ਜਾ ਜੇ ਇੱਕ ਹੈ ਕਦਰ ਕਰ ਲੈ ਦੋਵੇਂ ਹੈ ਨੀ ਕਦਰ ਕਰ ਲੈ ਉਹ ਤੂੰ ਯਾਰ ਤੇਰੇ ਤੇਰੇ ਯਾਰ ਤੇਰੇ ਦੋਸਤ ਉਹ 10 ਰੁਪਈਆਂ ਦੀ ਮੂੰਗਫਲੀ ਦੇ ਨਾਲ ਰਿਓੜੀਆਂ ਲੈ ਆਉਣ ਤੇ ਸਾਰੀ ਰਾਤ ਉਹਨਾਂ ਚ ਬਹਿ ਰਹਿਣਾ ਉਧਰ ਮਾਂ ਅੱਬੇ ਕੋ ਝਿੜਕਾਂ ਖਾਂਦੀ ਹੁੰਦੀ ਹੈ ਤੇਰੇ ਅੱਬੇ ਕੋਲੋਂ ਨਹੀਂ ਉਹ ਆਇਆ ਤੇਰਾ ਨਖਟੋ ਨਹੀਂ ਉਹ ਆਇਆ ਤੇਰਾ ਨਖਟੋ ਹਾ ਹਾ ਅਜ਼ੀਜ਼ਾ ਨੇ ਗਰਾਮੀ ਹਾ ਜਦੋਂ ਇਹ ਮਾਂ ਮਰ ਗਈ ਫਿਰ ਮੈਂ ਵੇਖਾਂਗਾ ਤੇਰੀਆਂ ਵੱਡੀ ਕਾਂ ਕੌਣ ਕਰਦਾ ਵੇ ਕੌਣ ਤੇਰੀਆਂ ਰਾਵਾਂ ਚ ਬਹਿੰਦਾ ਵੇ ਹਾ ਇੱਕ ਵਾਰੀ ਪੋਲਾ ਜਿਹਾ ਕਹੀਂ ਸੁਬਹਾਨ ਅੱਲਾ ਉਤੋਂ ਸ਼ਹਿਰ ਜਾਣਾ ਹੋਵੇ ਤੇ ਆਪਣੀ ਮਾਂ ਨੂੰ ਨਹੀਂ ਦੱਸਦਾ ਕਹਿੰਦਾ ਕੋਈ 4 ਮਿੰਟ ਵੱਧ ਹੀ ਲੱਗ ਜਾਣ ਯਾਰਾਂ ਕੋਲ ਬੈਠਾ ਹੋਏ ਮਾਂ ਨੂੰ ਤਮਾਚ ਨਹੀਂ ਲੈਂਦਾ ਅੱਬੇ ਨੂੰ ਤਮਾਚ ਨਹੀਂ ਲੈਂਦਾ ਉਹ ਵੀ ਤੇ ਹੈ ਜਿਹਨੇ ਨਬੀ ਨੂੰ ਮਿਲਣ ਜਾਣਾ ਤੇ ਅੰਮਾ ਨੂੰ ਕਹਿੰਦਾ ਅੰਮਾ ਮਦੀਨੇ ਜਾਵਾਂ ਕਿ ਨਾ ਜਾਵਾਂ ਅੰਮਾ ਮਦੀਨੇ ਜਾਵਾਂ ਬੋਲੀ ਅੰਮਾ ਮਦੀਨੇ ਜਾਵਾਂ ਨਾ ਜਾਵਾਂ ਨਬੀ ਨੂੰ ਮਿਲਦਾ ਵਾਂ ਕਿ ਨਾ ਤੇ ਮਾਂ ਨਬੀ ਨਹੀਂ ਇਹ ਨਾਲੇ ਵਡੇਰੀ ਏ ਤੇ ਕਹਿੰਦੀ ਵੇ ਪੁੱਤਰਾ ਵੇ ਮੇਰੇ ਬੜਾ ਪਿਆ ਸਹਾਰਿਆ ਪੁੱਤਰ ਆਹਾ ਮੈਂ ਮੇਰੇ ਬੜਾਪੇ ਦਿਆ ਸਹਾਰਿਆ ਨਾ ਜਾ ਤੇ ਪੁੱਤਰ ਫਿਰ ਦਿਲ ਵਿੱਚ ਰੱਖ ਲੈਂਦਾ ਦਿਲ ਵਿੱਚ ਰੱਖ ਲੈਂਦਾ ਇਹ ਪੁੱਤਰ ਹੋਵੇ ਜਿਹੜਾ ਮੈਂ ਹਰਮ ਬਿਨ ਹਰਾਮ ਦੀਆਂ ਬੜੀਆਂ ਜੀਆਂ ਕਰਸਬ ਰਵਾਇਤਾਂ ਬੜੀਆਂ ਨੇ ਕਿ 3-3 ਦਿਨ ਵੀ ਸਜਦਾ ਕਰਦਾ ਸਜਦਾ ਕਰਦਾ ਤੇ ਸਾਰੀ ਰਾਤ ਉਹਨੂੰ ਕੀ ਆਉਂਦੀ ਸਾਰੀ ਰਾਤ ਉਹਨੂੰ ਕੀ ਕਹਿੰਦੀ ਵੱਲਦੀਨ ਯੁਗੀ ਤੂੰ ਨਾਲ ਰੱਬੇ ਹਿਮ ਸੋਜਾ ਦਊਂ ਆਖੇ ਆਮਾ ਕਦੀ ਰਕੂ ਚ ਕਦੀ ਸਜਦੇ ਚ ਸਾਰੀ ਰਾਤ ਹੀ ਜਨਾਬ ਇਹ ਗੁਜ਼ਾਰਨ ਵਾਲਾ ਅੱਜ ਮਾਂ ਦੇ ਪੈਰ ਫੜੇ ਨੇ ਅੰਮਾ ਮਦੀਨੇ ਜਾਵਾਂ ਕਿ ਨਾ ਜਾਵਾਂ ਇੱਕ ਵਾਰੀ ਹੁਣ ਪੋਲਾ ਜਿਹਾ ਜੇ ਨਾਰਾਜ਼ ਨਹੀਂ ਤੇ ਸੁਭਾਨ ਅੱਲਾ ਆਖਾਂ ਦਰ ਬੜੀ ਗੱਲ ਹੈ ਬੜੀ ਇੱਕ ਹੱਥ ਚੁੱਕੇ ਕਈ ਸੁਭਾਨ ਅੱਲਾ ਅਜੀਜ਼ਾ ਨੇ ਗ੍ਰਾਮੀ ਇੱਕ ਦਿਨ ਨਵੀ ਪਾਕ ਦੀਆਂ ਗੱਲਾਂ ਸੁਣੀਆਂ ਤੇ ਮਾਂ ਦੇ ਕਦਮ ਫੜਵਾ ਲੈ ਰੋਈ ਜਾਂਦੇ ਨੇ ਅਥਰੋ ਵਗਾਈ ਜਾਂਦੇ ਆਏ ਨੇ ਮਾਂ ਦੇ ਕਦਮਾਂ ਤੇ ਜਦੋਂ ਅਥਰੋ ਡਿੱਗੇ ਨਬੀਨੀ ਮਾਂ ਪੁੱਛਦੀ ਵੇ ਅਵੇ ਐਸ ਕੀਆ ਵੇ ਕਿਉਂ ਰੋਨਾ ਆਵੇ ਰੋ ਕੇ ਕਹਿੰਦੇ ਨੇ ਅੰਮਾ
ਮਦਦ ਦੇ ਦੇ ਮਾਂ ਆ ਮੈਂ ਨਬੀ ਪਾਕ ਨੂੰ ਮਿਲਣ ਜਾਣਾ ਆਵੇ ਨਬੀ ਨੇ ਮਾਂ ਆ ਜਦੋਂ ਪੁੱਤਰ ਦੇ ਅੱਖਰੋਂ ਵੇਖੇ ਉਹ ਪੁੱਤਰ ਭਾਵੇਂ ਜ਼ਮਾਨੇ ਦਾ ਹੋਏ ਆ ਵੀ ਮਾਂ ਫਿਰ ਵੀ ਪਰਦੇ ਕੱਚ ਦੀ ਏ ਬੇਅਦਬ ਤੇ ਭਾਵੇਂ ਗੁਸਤਾਖ ਹੋਵੇ ਮਾਂ ਸਿਫਤਾਂ ਕਰਨਾ ਰੱਜਦੀ ਏ ਸੱਤਾਂ ਕੌਮਾਂ ਦੇ ਪੁੱਤਰ ਨੂੰ ਲੱਗੇ ਠੇਡਾ ਸੱਟ ਮਾਂ ਆ ਦੇ ਸੀਨੇ ਵਿੱਚ ਵੱਜਦੀ ਏ ਤਾਹਰ ਅਜਬ ਮੈਂ ਮਾਂ ਆ ਦਾ ਪਿਆਰ ਡਿਠਾ ਓਏ ਖਾਂਦਾ ਪੁੱਤਰ ਤੇ ਮਾਂ ਆ ਪਈ ਰੱਜਦੀ ਏ ਆ ਮਾਂ ਮਾਂ ਪੁੱਤਰ ਨੂੰ ਰੋਂਦਿਆਂ ਨਹੀਂ ਤੱਕਦੀ ਜਿਦਾ ਪੁੱਤਰ ਤਾਂ ਹਜਤ ਗਜ਼ਾਰ ਹੋਏਗਾ ਜਿਦਾ ਪੁੱਤਰ ਇਬਾਦਤ ਗਜ਼ਾਰ ਹੋਏਗਾ ਜਿਦਾ ਪੁੱਤਰ ਰਾਤਾਂ ਨੂੰ ਉੱਠ ਕੇ ਰੋਣ ਵਾਲਾ ਅੱਜ ਮਾਂ ਦੇ ਕਦਮਾਂ ਤੇ ਅਥਰੋ ਵਗਾਈ ਜਾਂਦਾ ਆਵੇ ਰੋ ਕੇ ਪਿਆ ਕਹਿੰਦਾ ਅੰਮਾ ਅੱਜ ਇਜਾਜ਼ਤ ਦੇ ਜੇ ਤੂੰ ਇਜਾਜ਼ਤ ਨਾ ਆ ਦਿੱਤੀ ਤੇਰੇ ਪੁੱਤਰ ਦਾ ਕਲੇਜਾ ਫਟ ਜਾਣਾ ਆਵੇ ਅੰਮਾ ਇਜਾਜ਼ਤ ਦੇ ਅੰਮਾ ਮੈਂ ਸੁਣਿਆ ਅਬੂ ਬਕਰ ਦੀ ਦੀਦ ਕਰਦੇ ਨੇ ਉਮਰ ਉਹਨਾਂ ਦੇ ਕੋਲ ਬਹਿੰਦੇ ਨੇ ਨੀ ਉਮਾ ਅਲੀ ਵੀ ਉਹਨਾਂ ਦੀ ਨੌਕਰੀ ਕਰਦੇ ਆਏ ਨੇ ਉਸ ਮਾਨੇ ਗਨੀ ਹਯਾ ਆਦੇ ਮਾਰਿਆਂ ਕੋਲ ਬਹਿੰਦੇ ਆਏ ਨੇ ਅੰਮਾ ਇਜਾਜ਼ਤ ਦੇ ਮੈਂ ਮਦੀਨਿਓਂ ਹੋ ਕੇ ਆਵਾਂਗਾ ਨੀ ਅੰਮਾ ਤੈਨੂੰ ਵੀ ਦੱਸਾਂਗਾ ਸਾਰੀ ਦੁਨੀਆ ਬਣਾ ਆਉਣ ਵਾਲੇ ਨੇ ਆਪਣਾ ਮਾਹੀ ਕਿੱਡਾ ਸੋਹਣਾ ਬਣਾਇਆ ਆਪਣਾ ਮਾਹੀ ਕਿੱਡਾ ਸੋਹਣਾ ਬਣਾਇਆ ਆਵੇ ਲੋਕੋ ਮਾਵਾਂ ਦੇ ਦਿਲ ਨਰਮ ਗੁਲਾਬੋ ਉਹ ਕਦੋਂ ਕਰਨ ਕਬੂਲ ਜੁਦਾਈ ਚੀਜ਼ ਲੁਟਾਵਾਂ ਉਹ ਕਰ ਲੈਣ ਕਬੂਲ ਗਦਾਈ ਪੁੱਤਰਾਂ ਦੇ ਉਹ ਲਖਿਆ ਬਚਪਾਵਾਂ ਤੇ ਕਦੇ ਨਾ ਕਰ ਬੁਰਾਈ ਆਜ਼ਮਿਓ ਨਹੀਂ ਉਹ ਜੰਨਤ ਜਾਣਾ ਉਹ ਜਿੰਨੇ ਮਾਂ ਦੀ ਕਦਰ ਨਾ ਪਾਈ ਗਰਮੀ ਆਮ ਮਾਂ ਪੁੱਤਰ ਨੂੰ ਰੋਣ ਨਹੀਂ ਦਿੰਦੀ ਜਿਦਾ ਪੁੱਤਰ ਨਿਕੋਕਾਰੀ ਹੋਏਗਾ ਜਿਦਾ ਪੁੱਤਰ ਗਿਟਕਾ ਚੁੱਕ ਕੇ ਓਠ ਚਾਰ ਕੇ
ਮਾਂ ਦਾ ਪੇਟ ਪਾਲਦਾ ਆਵੇ ਉਹਦਾ ਕਦੋਂ ਦਿਲ ਕਰਦਾ ਹੋਏਗਾ ਮੇਰਾ ਪੁੱਤਰ ਰੋਵੇ ਮਾਂ ਨੇ ਸੀਨੇ ਨਾਲ ਲਾਇਆ ਪੁੱਤਰਾ ਕੀ ਚਨਾਵੇਂ ਅੰਮਾ ਮਦੀਨੇ ਜਾਣਾ ਆਵੇ ਨਬੀ ਪਾਕ ਦੀ ਦੀਦ ਕਰਨੀ ਏ ਵਡੇਰੀ ਨਬੀ ਨੀ ਮਾਂ ਆ ਕਹਿੰਦੀ ਹੈ ਪੁੱਤਰਾ ਚਲਾ ਆ ਜਾ ਜਾਣ ਲੱਗੇ ਮਾਂ ਬਾਉ ਫੜ ਕੇ ਕਹਿੰਦੀ ਵੇ ਠਹਿਰ ਜਾ ਵੇ ਅਵੈਸ ਸੁਣਿਆ ਮੇ ਚਾਰ ਪੈਰ ਮਦੀਨੇ ਜਾਂਦਿਆਂ ਲੱਗਦੇ ਨੇ ਵੇ ਚਾਰ ਪੈਰ ਮਦੀਨੇ ਆਉਂਦਿਆਂ ਲੱਗਦੇ ਨੇ ਵੇ ਅੱਠਾਂ ਪੈਰਾਂ ਵਿੱਚ ਨਬੀ ਮਿਲਿਆ ਮਿਲਿਆ ਆਵੀ ਨਬੀ ਨਾ ਆ ਮਿਲੇ ਵੇ ਵੱਡੀ ਕੀ ਨਾ ਵੇ ਵਡੇਰੀ ਨਬੀ ਨੀ ਮਾਂ ਪਿੱਛੇ ਵੱਡੀ ਕਾਂ ਪਈ ਕਰਦੀ ਯਾ ਅਵੈਸੇ ਕਰਨੀ ਨੇ ਕੜਾ ਪਾਣੀ ਦਾ ਭਰਿਆ ਮਾਂ ਦੇ ਕੋਲ ਰੱਖਿਆ ਅਜੀ ਜਾਨੇ ਗਰਮੀ ਰੋਟੀਆਂ ਪਕਾਈਆਂ ਮਾਂ ਦੇ ਕੋਲ ਰੱਖੀਆਂ ਇੱਕ ਕਾਫਲਾ ਮਦੀਨੇ ਨੂੰ ਜਾਣ ਡਿਆ ਆਵੇ ਆਵਾਜ਼ਾਂ ਮਾਂ ਅਰ ਕੇ ਕਹਿੰਦੇ ਨੇ ਕਾਫਲੇ ਵਾਲੇ ਓ ਠਹਿਰ ਜਾਇਆ ਜੇ ਮੈਂ ਵੀ ਮਦੀਨੇ ਮੈਂ ਐਵੀਂ ਮਦੀਨੇ ਜਾਣਾ ਵੇ ਕਾਫਲੇ ਦੇ ਨਾਲ ਟੁਰੀ ਲੱਗੇ ਜਾਂਦੇ ਨੇ ਇੱਕ ਜਗ੍ਹਾ ਤੇ ਜਾ ਕੇ ਕਾਫਲਾ ਖਲੋਤਾ ਆਪ ਕਹਿੰਦੇ ਨੇ ਮੈਂ ਕਿਵੇਂ ਰੁਕ ਜਾਵਾਂ ਮੇਰੀ ਮਾਂ ਅਨਬੀਨੀ ਵੱਡੀ ਕਾਂਪੇ ਕਰਦੀ ਹੈ ਦੌੜਾਂ ਲਾਈ ਜਾਂਦੇ ਨੇ ਅਰਬੀ ਵਿੱਚ ਕਹੀ ਜਾਂਦੇ ਨੇ ਅਸੀਂ ਅਰਬੀ ਤੇ ਨਹੀਂ ਬੋਲ ਸਕਦੇ ਅਸੀਂ ਉਰਦੂ ਪੰਜਾਬੀ 'ਚ ਕਹਿੰਦੇ ਹਾਂ ਆ ਅਵੈਸੇ ਕਰਨੀ ਕਹਿੰਦੇ ਹੋਣਗੇ ਰੱਬਾ ਮੇਰੀ ਰੱਬਾ ਮੇਰੀਆਂ ਰੱਬਾ ਮੇਰੀਆਂ ਦੁਆਵਾਂ ਵਿੱਚ ਕਦੀ ਅੱਜ ਦਾ ਅਸਰ ਹੋਵੇ ਮੇਰੇ ਨਾਲ ਮਿਲ ਕੇ ਕਰੀ ਕਵੋ ਰੱਬਾ ਮੇਰੀਆਂ ਦੁਆਵਾਂ ਵਿੱਚ ਕਦੀ ਅੱਜ ਦਾ ਅਸਰ ਹੋਵੇ ਸਰਕਾਰ ਦੇ ਦੇਸ਼ ਅੰਦਰ ਮੇਰਾ ਵੀ ਗੁਜ਼ਰ ਹੋਵੇ ਦਿਲੀ ਦੁਆ ਕਰਨਾ ਵਾ ਰੱਬਾ ਜਿਹੜਾ ਅਕੀਦਤ ਨਾਲ ਸੁਣਦਾ ਆਵੇ ਉਹਨੂੰ ਐਸੇ ਸਾਲ ਮਦੀਨਾ ਵਹਾ ਦੇ ਯਾ ਅੱਲਾ ਜਿਹੜਾ ਹੋਰ ਅਕੀਦਤ ਨਾਲ ਸੁਣੇ ਐਸੇ ਮਹੀਨੇ ਸਬਬ ਲਾ ਦੇ ਯਾ ਅੱਲਾ ਜਿਹੜਾ ਹੋਰ ਅਕੀਦਤ ਨਾਲ ਸੁਣੇ ਅੱਜ ਉਹਦੀ ਅੱਖ ਲੱਗੇ ਉਹਨੂੰ ਮਦੀਨੇ ਦਾ ਚੰਨ ਨਜ਼ਰੀਆਂ ਆ ਜਾਏ ਆਪ ਦੌੜੀ ਜਾਂਦੇ ਨੇ ਦੁਆਵਾਂ ਕਰੀ ਜਾਂਦੇ ਨੇ ਜਦੋਂ ਮਦੀਨੇ ਦੀ ਚੋ ਆਈ ਕਿਸੇ ਦੱਸਿਆ ਉਹ ਜਾਣ ਵਾਲੇ ਆ ਮਦੀਨਾ ਆਇਆ ਗਿਆ ਆਵੇ ਜਦੋਂ ਮਦੀਨੇ ਦਾ ਨਾਂ ਆ ਸੁਣਿਆ ਅੱਜ ਵੀ ਕਸਮ ਬਾ ਖੁਦਾ ਜਦੋਂ ਮਦੀਨਾ ਆਉਂਦਾ ਆਵੇ ਦਿਲ ਦੀ ਧੜਕਣ ਤੇ ਇਹਦੇ ਹੋ ਜਾਂਦੀ ਏ ਮਸਜਿਦ ਨਬੀ 'ਚ ਜਾ ਆ ਕੇ ਜਿੱਥੇ ਮਰਜ਼ੀ ਬਹਿ ਜਾਓ ਦਿਲ ਕਰਦਾ ਚੁੰਮੀ ਜਾ ਆਵਾ ਅਵੈਸੇ ਕਰਨੀ ਮਦੀਨੇ ਦੀ ਮਿੱਟੀ ਚੁੰਮ ਦੇ ਨੇ ਸ਼ਾਇਰ ਕਹਿੰਦਾ ਵੇ ਕਹਿੰਦੇ ਹੋਣਗੇ ਤੈਨੂੰ ਚੁੰਮ ਤੈਨੂੰ ਚੁੰਮ ਚੁੰਮ ਅੱਖਾਂ ਨਾਲ ਲਾਵਾਂ ਨਿਮਟੀਏ
ਮਦੀਨੇ ਦੀ ਐ ਰੱਬ ਤੈਨੂੰ ਮਦੀਨੇ ਦੀ ਮਿੱਟੀ ਨਸੀਬ ਕਰੇ ਕਰੀ ਮਿਲ ਕੇ ਗੱਲ ਤੈਨੂੰ ਚੁੰਮਾ ਚੁੰਮਾ ਅੱਖਾਂ ਨਾਲ ਲਾਵਾਂ ਨੀ ਮਿੱਟੀਏ ਮਦੀਨੇ ਦੀ ਐ ਸੌ ਵਾਰ ਸਦਕੜੇ ਮੈਂ ਜਾਵਾਂ ਮਦੀਨੇ ਦੀ ਏ ਅਜ਼ੀਜ਼ਾਂ ਨੇ ਗਰਮੀ ਮਦੀਨੇ ਦੀ ਮਿੱਟੀ ਚੁੰਮਦੇ ਨੇ ਬੱਚਿਆਂ ਨੂੰ ਗੋਦੀ ਚ ਬਿਠਾ ਕੇ ਕਹਿੰਦੇ ਨੇ ਉਹ ਬੱਚਿਓ ਕਿੱਡੇ ਮੁਕਦਰਾਂ ਵਾਲੇ ਆਇਓ ਉਹਨਾਂ ਫਜ਼ਾਵਾਂ ਚ ਸਾਵਾਂ ਲੈਂਦੇ ਆਇਓ ਜਿਨ੍ਹਾਂ ਫਜ਼ਾਵਾਂ ਚ ਸਾਵਾਂ ਰੱਬ ਦਾ ਮਾਹੀ ਲੈਂਦਾ ਵੇ ਮਦੀਨੇ ਦੀਆਂ ਦੁਆਰਾਂ ਚੁੰਮਦੇ ਆਏ ਨੇ ਮਸਜਿਦ ਨਬੀ ਆਈ ਪੁੱਛਿਆ ਅਮਦ ਵੀ ਪਾਕ ਕਿੱਥੇ ਮਿਲਣਗੇ ਅਮਾ ਆਸ਼ਾ ਦੇ ਹੁਜਰੇ ਚ ਮਿਲਣਗੇ ਅਮਾ ਆਸ਼ਾ ਦਾ ਹੁਜਰਾ ਖੜਕਾਇਆ ਅੰਦਰੋਂ ਆਵਾਜ਼ ਆਉਂਦੀ ਹੈ ਮਨ ਦੇ ਕਲਬਾਬ ਦਰਵਾਜ਼ੇ ਤੇ ਕੌਣ ਨੇ ਤਿੰਨ ਤਰ੍ਹਾਂ ਦੀਆਂ ਰਵਾਇਤਾਂ ਨੇ ਇੱਕ ਰਵਾਇਤ ਵਿੱਚ ਆਉਂਦਾ ਕੀ ਦੱਸਾਂ ਕੌਣ ਸਭ ਕੁਝ ਤਿੰਨ ਵੀ ਪਿੱਛੇ ਮਟਾ ਆ ਕੇ ਆਇਆ ਵਾ ਕੀ ਦੱਸਾਂ ਕੌਣ ਫੇਰ ਆਵਾਜ਼ ਆਉਂਦੀ ਹੈ ਮਨ ਦੇ ਕਲਬਾਬ ਦਰਵਾਜ਼ੇ ਤੇ ਕੌਣ ਨੇ ਆ ਪਰ ਕਰਦੇ ਨੇ ਮਾਂ ਜੀ ਨਬੀ ਪਾਕ ਨੂੰ ਬਾਹਰ ਗਲਿਆ ਜੇ ਬੜੀ ਦੂਰੋਂ ਆਇਆ ਆਵਾ ਮਾਂ ਉਹਰੀ ਕਹਿੰਦੀਆਂ ਨੇ ਜਾਣ ਵਾਲੀ ਆ ਜਮੀਨਾ ਵੇ ਨਬੀ ਕਹਿ ਕੇ ਗਏ ਨੇ ਆਸ਼ਾ ਜਿਹੜਾ ਪਰਾਉਣਾ ਆਏਗਾ ਉਹਨੂੰ ਜਾਣ ਨਾ ਆਦਮੀ ਤੀਜੀ ਰਵਾਇਤ 'ਚ ਆਉਂਦਾ ਆ ਮੋਰਾਂ ਪੁੱਛਿਆ ਮਨ ਦਕਲ ਬਾਬ ਵੇ ਦਰਵਾਜ਼ੇ ਤੇ ਕੌਣ ਨੇ ਰੋ ਕੇ ਅਰਜ਼ ਕਰਦੇ ਨੇ ਮਾਂ ਅੱਜ ਬੜੀ ਦੂਰੋਂ ਆਇਆ ਵਾ ਯਮਨ ਵਿੱਚੋਂ ਅਵੈਸੇ ਕਰਨੀ ਆਇਆ ਵਾ ਨਬੀ ਪਾਕ ਨੂੰ ਬਾਹਰ ਗੱਲਿਆ ਆ ਜੇ ਮਾਰੀ ਕਹਿੰਦੀਆਂ ਨੇ ਵੇ ਨਬੀ ਤੇ ਘਰ ਕੋਈ ਨਹੀਂ ਰੋ ਕੇ ਰੱਬ ਦੀ ਬਾਰਗਾਹ 'ਚ ਕਹਿੰਦੇ ਨੇ ਰੱਬਾ ਕਿਹੜੀ ਗਲਤੀ ਹੋ ਗਈ ਬੜੀ ਦੂਰੋਂ ਯਮਨ ਨੂੰ ਮਿਲਣ ਆਇਆ ਆਵਾ ਤੇਰਾ ਮਾਹੀ ਨਹੀਂ ਮਿਲਿਆ ਅਮਾਰੀ ਕਹਿੰਦੀਆਂ ਨੇ ਮਨ ਦਕਲ ਬਾਬ ਰੋ ਕੇ ਕਹਿੰਦੇ ਨੇ ਮਾਂ ਜੀ ਜ਼ਰਾ ਪਰਦੇ 'ਚ ਹੋ ਜਾਓ ਜ਼ਰਾ ਸੈਡ ਤੇ ਹੋ ਜਾਓ ਨਬੀ ਤੇ ਨਹੀਂ ਮਿਲੇ ਮੈਂ ਉਹ ਵਿਹੜਾ ਹੀ ਵੇਖੀ ਜਾਣਾ ਵਾਂ ਜਿੱਥੇ ਰੱਬ ਦਾ ਯਾਰ ਰਹਿੰਦਾ ਨਾਰਾਇ ਤਕਵੀਰ ਹੱਥ ਬੁਲੰਦ ਕਰਕੇ ਨਾਰਾਇ ਤਕਵੀਰ ਨਾਰਾਇ ਰਿਸਾਲ ਨਾਰਾਇ ਹੈਦਰੀ 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 ਮਾਰੀ ਕਹਿੰਦੀਆਂ ਨੇ ਜਦੋਂ ਮੈਂ ਪਰਦੇ 'ਚ ਹੋ ਗਈ ਮੈਂ ਵੇਖਿਆ ਇੱਕ ਊਂਟ ਦੀ ਖੱਲ ਦੀ ਲਬਾਸ ਵਾਲਾ ਇੱਕ ਆਦਮੀ ਅੰਦਰ ਆਇਆ ਉਹਦੀ ਦਾੜੀ 'ਚ ਇਕੱਠਾ ਲੱਗਿਆ ਆਵੇ ਜ਼ੁਲਫਾਂ 'ਚ ਗਰਦ ਫਸੀਏ ਟੁਰ ਟੁਰ ਕੇ ਪੈਰਾਂ 'ਚ ਛਾਲੇ ਪੈ ਗਏ ਉਹਨਾਂ ਛਾਲਿਆਂ ਵਿੱਚੋਂ ਖੂਨ ਪਿਆ ਵਗਦਾ ਆਵੇ ਮਾਉਰੀ ਕਹਿੰਦੀਆਂ ਨੇ ਉਹਦੀ ਹਾਲਤ ਵੇਖ ਕੇ ਮੈਨੂੰ ਬੜਾ ਦੁੱਖ ਲੱਗਾ ਸਾਰੇ ਜਨਾਬ ਨਬੀ ਦੇ ਬਰਤਨ ਚੁੰਮਦਾ ਆਵੇ ਨਬੀ ਦੇ ਘਰ ਦੀ ਮਿੱਟੀ ਚੋਂ
ਚੁੰਮਦਾ ਆਵੇ, ਬੜੀ ਦੇਰ ਰੋਂਦਾ ਰਿਹਾ, ਬੜੀ ਦੇਰ ਮਿੱਟੀ ਚੁੰਮਦਾ ਰਿਹਾ, ਜਦੋਂ ਜਾਣ ਲੱਗਾ ਮੈਂ ਕਹਿੰਦੀ ਆ ਨਾ ਆ ਜਾਵੀ, ਵੇ ਠਹਿਰ ਜਾ ਨਬੀ ਆਉਣ ਵਾਲੇ ਨੇ, ਰੋ ਕੇ ਕਹਿੰਦਾ ਮਾਂ ਜੀ ਕਿਵੇਂ ਠਹਿਰ ਜਾਵਾਂ, ਮੇਰੀ ਨਬੀਨੀ ਮਾਂ ਆ ਵਡੇਰੀ ਇੰਤਜ਼ਾਰ ਕਰਨ ਡਈਏ, ਮੇਰੀ ਨਬੀਨੀ ਮਾਂ ਆ ਪਿੱਛੇ ਵੱਡੀ ਕਾਂਪੇ ਕਰਦੀ ਹੋਏ ਹੈਗੀ, ਜਦੋਂ ਜਾਣ ਲੱਗੇ ਅੱਜ ਵੀ ਕਸਮ ਬਾ ਖੁਦਾ, ਜਦੋਂ ਬੰਦਾ ਆਖਰੀ ਵਾਰੀ ਰੋਜ਼ੇ ਦੀ ਜਾਲੀ ਦੇ ਕੋਲੋਂ ਦੀ ਆਉਣ ਲੱਗਦਾ ਆਵੇ, ਜਿਹਨੂੰ ਅਰਬੀ ਆਉਂਦੀ ਉਹ ਵੀ ਕਹਿੰਦਾ, ਜਿਹਨੂੰ ਨਹੀਂ ਆਉਂਦੀ ਉਹ ਵੀ ਕਹਿੰਦਾ ਆਵੇ, ਆਨਾ ਏਗੀ ਮਰਦਾਨੀ, ਆਨਾ ਏਗੀ ਮਰਦਾਨੀ, ਕਮਲੀ ਵਾਲੇ ਆ ਕੁਝ ਨਹੀਂ ਮੰਗਦਾ, ਮੈਂ ਫੇਰ ਆਉਣਾ ਆਵੇ, ਮੈਂ ਫੇਰ ਆਉਣਾ ਆਵੇ, ਆ ਵੈਸੇ ਕਰਨੀ ਵੀ ਕਹਿੰਦੇ ਨੇ ਕਮਲੀ ਵਾਲੇ ਆ, ਬੜੀ ਦੂਰੋਂ ਆਇਆ ਸਾਂ ਯਮਨ ਵਿੱਚੋਂ ਤੇਰਾ, ਆ ਵੈਸੇ ਕਰਨੀ ਆਇਆ ਆਸਾਂ, ਕੁਝ ਨਹੀਂ ਮੰਗਦਾ, ਕੱਲ ਕਿਆਮਤ ਨੂੰ ਜਦੋਂ ਗੁਲਾਮਾਂ ਦੀ ਗਿਣਤੀ ਕਰੋਗੇ, ਵਿੱਚ ਨਾ ਆ ਮੇਰਾ ਵੀ ਰੱਖ ਲਿਆ ਆ ਜੇ, ਵਿੱਚ ਨਾ ਆ ਮੇਰਾ ਵੀ ਰੱਖ ਲਿਆ ਆ ਜੇ, ਆਪ ਜਦੋਂ ਵਾਪਸ ਆ ਗਏ, ਅਮਾਸ਼ਾ ਕਹਿੰਦੀਆਂ ਨੇ ਮੈਂ ਰੋਣ ਡਈ ਆ, ਜਦੋਂ ਨਬੀ ਪਾਕ ਮੇਰੇ ਕਮਰੇ 'ਚ ਤਸ਼ਰੀਫ ਲਿਆਏ, ਮੈਨੂੰ ਰੋਂਦੀ ਨੂੰ ਵੇਖ ਕੇ ਨਬੀ ਪਾਕ ਕਹਿੰਦੇ ਨੇ ਆਸ਼ਾ, ਓ ਆਸ਼ਾ ਕਿਉਂ ਪਈ ਰੋਨੀ ਏ, ਆਪ ਕਹਿੰਦੀਆਂ ਨੇ ਮੈਂ ਰੋਂਦਿਆਂ ਰੋਂਦਿਆਂ ਕਹਿੰਦੀ ਆ ਕਮਲੀ ਵਾਲਿਆ, ਅੱਜ ਇੱਕ ਤੇਰਾ ਆਸ਼ਕ ਆਇਆ ਸੀ, ਬੜੀ ਦੂਰੋਂ ਆ ਵੈਸੇ ਕਰਨੀ ਆਇਆ ਆਹੀ, ਯਮਨ ਵਿੱਚੋਂ ਤੇਰਾ ਆਸ਼ਕ ਆਇਆ ਆਹੀ, ਇੱਥੇ ਵੀ ਦੋ ਤਰ੍ਹਾਂ ਦੀਆਂ ਰਵਾਇਤਾਂ ਆਨੇ, ਇੱਕ ਰਵਾਇਤ ਆਉਣ ਵਾਲੇ ਆ ਕੇ ਟੁਰ ਗਈਆਂ ਆਵੇ, ਆਪਣਾ ਨੂਰ ਮੇਰੇ ਵਿਹੜੇ ਖਲਾਰ ਗਈਆਂ ਆਵੇ, ਮਸ਼ਹੂਰ ਰਵਾਇਤ ਆਵੇ ਆਉਣ ਵਾਲੇ ਆ ਆਪੀ ਆ ਕੇ ਟੁਰ ਗਿਆ ਏ, ਆਪਣੀਆਂ ਖੁਸ਼ਬੂਆਂ ਮੁਹੰਮਦ ਦੇ ਵਿਹੜੇ ਖਲਾਰ ਗਈਆਂ ਆਵੇ, ਮੇਰੇ ਨਬੀ ਜਲਦੀ ਨਾਲ ਮਸਜਿਦ ਨਬੀ ਚ ਗਏ, ਜਾ ਆ ਕੇ ਕਹਿੰਦੇ ਨੇ ਸਹਾਬਾ ਦੌੜੋ, ਅੱਜ ਵੀ ਕਸਮ ਬਾ ਖੁਦਾ ਸਾਡਾ ਜਵਾਨੀ ਦਾ ਰੋਜ਼ਾ ਹੁੰਦਾ ਆਵੇ, ਮੇਰੇ ਨਬੀ ਲੱਖਾਂ ਦੀ ਡਿਊਟੀ ਲਾਈ ਹੁੰਦੀ ਏ, ਵੇਖੀ ਮੇਰਾ ਪਰਾਉਣਾ ਆਇਆ ਆਈ, ਉਸ ਦੌਰ ਵਿੱਚ ਕਈ ਆਲਮ ਹੋਏਗਾ, ਆ ਵੈਸੇ ਕਰਨੀ ਲਈ ਨਬੀ ਕਹਿੰਦੇ ਨੇ ਦੌੜੋ ਦੌੜੋ ਸਹਾਬਾ, ਮੇਰਾ ਆਸ਼ਕ ਆਇਆ ਆਜੇ, ਅਵੇ ਐਸ ਮਦੀਨੇ ਆਇਆ ਆਜੇ, ਸਹਾਬਾ ਬੜੀਆਂ ਦੌੜਾਂ ਲਾਈਆਂ ਲੇਕਿਨ ਅਵੈਸੇ ਕਰਨੀ ਮਦੀਨੇ ਦੀ ਜੋ ਟੱਪ ਗਏ ਨੇ, ਇੱਧਰ ਦਾ ਮਾਮਲਾ ਆਵੇ ਉੱਧਰ ਦਾ ਮਾਮਲਾ ਆਵੇ, ਜਦੋਂ ਘਰ ਵਿੱਚ ਕਦਮ ਰੱਖਿਆ ਘਰ ਵਿੱਚ ਕਦਮ ਰੱਖਿਆ, ਅੱਗੇ ਤਸ਼ਰੀ ਕਰ ਚੁੱਕਿਆ ਆਵਾ, ਨਬੀਨੀ ਮਡੇਰੀ ਮਾਂ ਕਹਿੰਦੀ ਏ ਅਵੇ ਐਸਾ ਗਿਆ ਆਵੇ, ਦੁੱਖ ਨਾਲ ਬੋਲਿਆ ਹੀ ਨਾ ਗਿਆ, ਰਾਓ ਕੇ ਮਾਂ ਦੇ ਪੈਰ ਫੜਾ ਲੈ, ਮਾਂ ਦੇ ਕਦਮਾਂ ਤੇ ਅਥਰੂ ਵਗਾਈ ਜਾਂਦੇ ਆਏ ਨੇ, ਨਬੀਨੀ ਮਡੇਰੀ ਮਾਂ ਕਹਿੰਦੀ ਏ ਵੇ ਅਵੇਸ ਵੇ ਮਦੀਨੇ ਨਹੀਂ ਹੈ ਗਿਆ, ਵੇ ਤਾਂ ਵੀ ਰੋਂਦਾ ਹੈ, ਵੇ ਮਦੀਨੇ ਉਹ ਹੋ ਕੇ ਆ ਗਿਆ ਆਵੇ, ਵੇ ਹੋਣ ਕਿਉਂ ਰੋਨਾ ਆਵੇ, ਵੇ ਨਬੀ ਮਿਲੇ ਨੀ ਕਿ ਨਹੀਂ ਮਿਲੇ, ਰੋ ਕੇ ਕਹਿੰਦੇ ਨੇ ਅੰਮਾ ਹੋਰੇ ਜ਼ਿੰਦਗੀ ਰੋਂਦਿਆਂ ਹੀ ਲੰਘ ਜਾਣੀ ਏ, ਅੰਮਾ ਨਬੀ ਨਹੀਂ ਮਿਲੇ, ਅੰਮਾ ਕਹਿੰਦੀ ਏ ਵੇ ਵੱਡੀ ਇੱਕ ਲੈਣਾ ਆਈ, ਰੋ ਕੇ ਕਹਿੰਦੇ ਨੇ ਅੰਮਾ ਮੈਂ ਕਿਵੇਂ ਵੱਡੀ ਇੱਕ ਦਾ, ਮੈਨੂੰ ਤੇਰੀਆਂ ਵੱਡੀਕਾਂ ਜਿਹੜੀਆਂ ਨੇ ਯਾਦ ਆਉਂਦੀਆਂ ਆਸਣ, ਤੇਰੀ ਤਨਹਾਈ ਯਾਦ ਆਉਂਦੀ ਸੀ, ਨਬੀ ਨੀ ਵਡੇਰੀ ਮਾਂ ਨੇ ਪੁੱਤਰ ਨੂੰ ਸੀਨੇ ਨਾਲ ਲਾਇਆ ਔਰ ਕਿਹਾ ਵੇ ਪੁੱਤਰਾ ਜੇ ਤੂੰ ਮੇਰਾ ਐਡਾ ਹੀ
ਤਾਬਿਆਦਾਰ ਵੇਜੇ ਤੋਂ ਮੇਰਾ ਐਡਾ ਹੀ ਫਰਮਾ ਬਰਦਾ ਆ ਰੇ ਜਾ ਅੱਜ ਨਬੀਨੀ ਵਡੇਰੀ ਮਾਂ ਮਾਂ ਦੁਆਵਾਂ ਦਿੰਦੀ ਆ ਵੇ ਸਾਰਾ ਜੱਗ ਮੁਹੰਮਦ ਅਰਬੀ ਨੂੰ ਯਾਦ ਕਰਦਾ ਵੇ ਵੇਖੀ ਵਕਤ ਆਏਗਾ ਮੁਹੰਮਦ ਅਰਬੀ ਤੈਨੂੰ ਯਾਦ ਕਰਿਆ ਕਰੇਗਾ ਨਾਰਾਏ ਤਕਬੀਰ ਨਾਰਾਏ ਰਿਸਾਲ ਨਾਰਾਏ ਤਹਕੀਕ ਨਾਰਾਏ ਹੈਦਰੀ ਹੈਦਰੀ ਅਜ਼ਮਤ ਸ਼ਾਨੇ ਮੁਸਤਫਾ ਅਜ਼ਮਤ ਵਾਲਿਦੈਨ ਨਾਰਾਏ ਹੈਦਰੀ ਵਾਅਦੇ ਦੇ ਮੁਤਾਬਕ ਦੋ ਨਹੀਂ ਇੱਕੋ ਹੀ ਅੱਬੇ ਦੀ ਸ਼ਾਨ ਚ ਵਾਕਿਆ ਔਰ ਮੇਰੇ ਨਬੀ ਦੇ ਦੌਰ ਦਾ ਮੇਰੇ ਨਬੀ ਦੇ ਦੌਰ ਦਾ ਇੱਕੋ ਹੀ ਵਾਕਿਆ ਔਰ ਇਖਤਸਾਰ ਨਾਲ ਯਾਨੀ ਛੋਟਾ ਕਰਕੇ ਬਿਆਨ ਕਰਾਂਗਾ ਇੱਕ ਵਾਰੀ ਪੋਲਾ ਜਿਹਾ ਕਹੀਂ ਸੁਭਾਨ ਅੱਲਾ ਪੋਲਾ ਕਹੀਂ ਕਿਤੇ ਨਜ਼ਰ ਹੀ ਨਾ ਲੱਗ ਜਾਵੇ ਫਿਰ ਇੱਕ ਵਾਰੀ ਕਹੀਂ ਜ਼ਰਾ ਇੱਕ ਵਾਰੀ ਇਕੱਠੇ ਆ ਕੇ ਉਹ ਸੁਭਾਨ ਅੱਲਾ ਹਰ ਪੁੱਤਰ ਦੀ ਇਹ ਖਾਸ਼ ਹੁੰਦੀ ਹੈ ਕਦੀ ਮੇਰਾ ਅੱਬਾ ਚਿੱਟੇ ਸੋਹਣੇ ਕੱਪੜੇ ਪਾ ਕੇ ਤੇ ਜੁਮਾ ਪੜ੍ਹਨ ਜਾਏ ਨਾ ਤੇ ਕਰੀ ਸਾਹਿਬ ਦੇ ਪਿੱਛੇ ਜਾ ਖਲੋਵੇ ਉਹਨੂੰ ਬਹੁਤਾ ਸਵਾਬ ਲੱਭੇ ਤੇ ਅੱਬੇ ਦਾ ਇਹ ਹੁੰਦਾ ਮੇਰਾ ਪੁੱਤਰ ਹਾਫਜ਼ੇ ਕੁਰਾਨ ਬਣ ਜਾਏ ਮੇਰਾ ਪੁੱਤਰ ਵੱਡਾ ਅਫਸਰ ਵੀ ਬਣੇ ਲੇਕਿਨ ਨਮਾਜ਼ੀ ਵੀ ਬਣੇ ਕਈਆਂ ਅੱਬਿਆਂ ਦੀਆਂ ਦਿਲ 'ਚ ਰਹਿ ਜਾਂਦੀਆਂ ਨੇ ਕਈਆਂ ਪੁੱਤਰਾਂ ਦੀਆਂ ਦਿਲ 'ਚ ਰਹਿ ਜਾਂਦੀਆਂ ਨੇ ਇਹ ਤੇ ਅੱਜ ਦਾ ਮਾਮਲਾ ਜਦੋਂ ਮੇਰਾ ਨਬੀ ਮਦੀਨੇ ਹੋਏਗਾ ਉਦੋਂ ਕੀ ਆਲਮ ਹੋਏਗਾ ਇੱਕ ਪੁੱਤਰ ਜਿਹਦੇ ਅੱਬੇ ਦੇ ਆਖਰੀ ਸਾਹ ਨੇ ਆਖਰੀ ਵਕਤ ਤੇ ਉਹ ਮੇਰੇ ਨਬੀ ਕੋਲ ਆ ਕੇ ਤੇ ਕਹਿੰਦਾ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਕਾ ਵਸੱਲਮਾ ਮੇਰੇ ਅੱਬੇ ਦਾ ਆਖਰੀ ਟਾਈਮ ਹੈ ਤੁਹਾਡੀ ਮਿਹਰਬਾਨੀ ਸਾਡੇ ਘਰ ਆਓ ਹਾਂ ਤੇ ਆ ਕੇ ਮੇਰੇ ਅੱਬੇ ਨੂੰ ਜਾਂਦਿਆਂ ਜਾਂਦਿਆਂ ਕਲਮਾ ਪੜਾ ਹੜਾ ਤੁਹਾਡੀ ਨਹੀਂ ਉਹਨੇ ਮੋੜਨੀ ਤੁਹਾਡੀ ਉਹਨੇ ਨਹੀਂ ਮੋੜਨੀ ਆਇਓ ਜ਼ਰਾ ਮੇਰੇ ਅੱਬੇ ਨੂੰ ਕਲਮਾ ਪੜਾਇਓ ਮੇਰੇ ਨਬੀ ਕੱਲੇ ਵੀ ਜਾ ਸਕਦੇ ਹਨ ਮੇਰੇ ਨਬੀ ਹਜ਼ਰਤ ਉਮਰ ਨੂੰ ਕਿਹਾ ਉਮਰ ਜੀ ਯਾ ਰਸੂਲ ਅੱਲਾ ਉਮਰ ਚਲੀਏ ਲੱਭਈ ਕਾ ਯਾ ਰਸੂਲ ਅੱਲਾ ਚਲੋ ਜੀ ਹਜ਼ਰਤ ਉਮਰ ਵੀ ਨਾਲ ਮੇਰੇ ਨਬੀ ਵੀ ਨਾਲ ਉਹ ਮੁੰਡਾ ਜਿੱਦਾਂ ਅੱਬਾ ਜਿਹਦੇ ਆਖਰੀ ਸਾਹ ਨੇ ਆਖਰੀ ਟਾਈਮ ਹੈ ਉਹਦੇ ਪੁਆਂਦਾਂ ਦੇ ਕੋਲ ਮੇਰੇ ਨਬੀ ਜਾ ਖਲੋਤੇ ਹਜ਼ਰਤ ਉਮਰ ਵੀ ਕੋਲ ਉਹ ਮੁੰਡਾ ਵੀ ਕੋਲ ਅਤੇ ਮੇਰੇ ਨਬੀ ਕਿਹਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਬਾਬਾ ਪਛਾਣੀ ਹਾਂ ਭਲਾ ਮੈਂ ਕੌਣ ਹਾਂ ਮੈਂ ਦਿਲੀ ਤੌਰ 'ਤੇ ਦੁਆ ਦੇਣ ਲੱਗਾ ਵਾਂ ਅਤੇ ਯਾ ਅੱਲਾ ਜਿਹੜਾ ਅੱਜ ਅਕੀਦਤ ਨਾ ਸੁਣੇ ਇਹਦੀ ਖਾਬ ਚਾ ਕੇ ਤਾਂ ਮੇਰੇ ਨਬੀ ਕਹਿਣ ਪਛਾਣ ਹਾਂ ਮੈਂ ਕੌਣ ਹਾਂ ਪਛਾਣ ਹਾਂ ਮੈਂ ਕੌਣ ਹਾਂ ਅਤੇ ਤੇਰੇ ਕੋਲ ਨਾ ਵੀ ਪਛਾਣਿਆ ਜਾਏ ਤਾਂ ਮੇਰੇ ਨਬੀ ਕਹਿਣ ਆਨਾ ਨਬੀ ਓ ਕਾ ਮੁਹੰਮਦ ਮੈਂ ਤੇਰਾ ਨਬੀ ਮੁਹੰਮਦ ਅਰਬੀ ਆਇਆ ਵਾਂ ਮੇਰੇ ਨਬੀ ਬਾਬੇ ਨੂੰ ਕਹਿਣ ਡੇ ਨੇ ਬਾਬਾ ਦੱਸ ਹਾਂ ਮਨ ਆਨਾ ਮੈਂ ਕੌਣ ਹਾਂ ਬਾਬਾ ਕਹਿੰਦਾ ਅੰਤ ਮੁਹੰਮਦ ਤੁਸੀਂ ਮੁਹੰਮਦ ਅਰਬੀ ਹੋ ਜਦੋਂ ਅੰਤ ਮੁਹੰਮਦ ਆਖਿਆ ਨਾ ਤਾਂ ਮੇਰੇ ਨਬੀ ਮੁਸਕੁਰਾਏ ਖੁਸ਼ ਹੋ ਗਏ ਮੁੰਡਾ ਖੁਸ਼ ਹੋ ਗਿਆ ਹਜ਼ਰਤ ਉਮਰ ਖੁਸ਼ ਹੋ ਗਏ ਕਿ ਲਓ ਜੇ ਬਾਬੇ ਨੇ ਪਛਾਣ ਲਿਆ ਨਬੀ ਪਾਕ ਆਏ ਨੇ ਅਤੇ ਮੇਰੇ ਨਬੀ ਦੂਸਰਾ ਸਵਾਲ ਕੀਤਾ ਬਾਬਾ ਮੇਰਾ ਕਲਮਾ ਪੜ੍ਹ ਹਜ਼ਰ ਬਾਬਾ ਮੇਰਾ ਕਲਮਾ ਪੜ੍ਹ ਹੁਣ ਜਿੰਝ ਕਦੇ ਕਦੇ ਅਸੀਂ ਚੁੱਪ ਕਰ ਰਹੇ ਨੇ ਨਾ ਉਹ ਬਾਬਾ ਵੀ ਬਿਲਕੁਲ ਹੀ ਚੁੱਪ ਬਾਬਾ ਚੁੱਪ ਮੇਰਾ ਨਬੀ ਮੁਤਮਿਨ ਹਜ਼ਰਤ ਉਮਰ ਪਰੇਸ਼ਾਨ ਉਹ ਮੁੰਡਾ ਪਰੇਸ਼ਾਨ ਜਿਹਦਾ ਅੱਬਾ ਹੈ ਇਹ ਕੀ ਬਣਿਆ ਮੇਰਾ ਅੱਬਾ ਕਲਮਾ ਕਿਉਂ ਨਹੀਂ ਪਿਆ ਪੜ੍ਹਦਾ ਹਜ਼ਰਤ ਉਮਰ ਪਿਆ ਕਹਿੰਦੇ ਨੇ ਬਾਬਾ ਕਲਮਾ ਕਿਉਂ ਨਹੀਂ ਪਿਆ ਪੜ੍ਹਦਾ ਲੇਕਿਨ ਮੇਰੇ ਨਬੀ ਮੁਤਮਿਨ ਨੇ ਮੇਰੇ ਨਬੀ ਮੁਤਮਿਨ ਨੇ ਬਾਬਾ ਚੁੱਪ ਇੱਕ ਵਾਰੀ ਕਹੀਂ ਤਰ੍ਹਾਂ ਸੁਭਾਨ ਅੱਲਾਹ ਜਿਹੜੇ ਆਪਣੇ ਆਪ ਨੂੰ ਮੁੰਡਾ ਸਮਝਦੇ ਹੋ ਇੱਕ ਵਾਰੀ ਹੱਥ ਚੁੱਕ ਕੇ ਕਿਹੋ ਸੁਭਾਨ ਅੱਲਾਹ
ਹੁਣ ਆਖਰੀ ਵਾਰੀ ਕਿਹੋ ਸੁਭਾਨ ਅੱਲਾਹ। ਅਜ਼ੀਜ਼ਾਂ ਨੇ ਗ੍ਰਾਮੀ ਬਾਬਾ ਜਦੋਂ ਚੁੱਪ ਕਰ ਗਿਆ, ਹਜ਼ਰਤ ਉਮਰ ਪਰੇਸ਼ਾਨ ਨੇ, ਮੁੰਡਾ ਪਰੇਸ਼ਾਨ, ਮੇਰਾ ਅੱਬਾ ਕਲਮਾ ਕਿਉਂ ਨਹੀਂ ਪੜਦਾ, ਬਾਬਾ ਕਲਮਾ ਕਿਉਂ ਨਹੀਂ ਪਿਆ ਪੜਦਾ। ਬਾਬਾ ਦਿੱਲੀ ਦਿਲ ਵਿੱਚ ਆਪਣੇ ਆਪ ਨੂੰ ਕਹਿੰਦਾ, ਆਵੇ ਕਿਹੜੇ ਮੂੰਹ ਨਾਲ ਪੜਾ, ਕਿਹੜੇ ਮੂੰਹ ਨਾਲ ਪੜਾ, ਆਪਣੇ ਦਿਲ ਨਾਲ ਗੱਲਾਂ ਪਿਆ ਕਰਦਾ। ਕਦੀ ਰੱਬ ਨੂੰ ਕਹਿੰਦਾ ਵੇ ਰੱਬਾ, ਕਿਹੜੇ ਮੂੰਹ ਨਾਲ ਕਲਮਾ ਪੜਾ। ਮੀਆਂ ਸਾਹਿਬ ਕਹਿੰਦੇ ਨੇ, ਬਾਬਾ ਕਹਿੰਦਾ ਹੋਏਗਾ, ਮੈਂ ਪਾਪੀ ਸ਼ਰਮਿੰਦਾ ਚੋਠਾ, ਰੱਬਾ ਭਰਿਆ ਨਾਲ ਗੁਨਾ। ਅੱਜ ਤੇਰੇ ਦਰੇ ਦੇ ਮੈਨੂੰ ਹੋਰ ਨਾ ਕੋਈ ਪਨਾਵਾ। ਮੇਰਾ ਦਿਲ ਕਹਿੰਦਾ ਬਾਬਾ ਬਾਰ ਬਾਰ ਕਹਿੰਦਾ ਹੋਏਗਾ, ਅੱਜ ਫਜ਼ਲ ਤੇਰੇ ਤੇ ਮਾਨ ਕਰੀ ਮਾ, ਮੈਨੂੰ ਅਮਲਾ ਮਾਨ ਨਹੀਂ ਕੋਈ। ਸਦਕਾ ਪਾਕਾ ਹਬੀਬ ਬਣੇ ਦਾ, ਰੱਬ ਬਖਸ਼ੀ ਖਤਾ ਜਿਹੜੀ ਹੋ। ਜ਼ਬਾਨੋਂ ਕੁਝ ਨਹੀਂ ਬੋਲਦਾ, ਅੱਖਾਂ ਵਿੱਚੋਂ ਅਥਰੋ ਵਗਾਈ ਜਾਂਦਾ ਆਵੇ, ਰੱਬ ਰੱਬ ਸੁਣਿਆ ਕਿਹੜੇ ਮੂੰਹ ਨਾਲ ਕਲਮਾ ਪੜਾ। ਬੜਾ ਹੀ ਗੁਨਾਹਗਾਰਾ, ਬੜਾ ਹੀ ਖਤਾਕਾਰਾ, ਸਾਰੀ ਜ਼ਿੰਦਗੀ ਗਨਾ ਆ ਕਿਤੇ ਆਏ ਨੇ, ਮੁਹੰਮਦ ਅਰਬੀ ਦੀ ਨਹੀਂ ਮੰਨੀ, ਤੇਰੀ ਨਹੀਂ ਮੰਨੀ, ਅੱਜ ਜਾਂਦੀ ਵਾਰੀ ਕਿਹੜੀ ਜ਼ੁਬਾਨ ਨਾਲ ਕਲਮਾ ਪੜਾ। ਜਿਹਨੇ ਜ਼ਿੰਦਗੀ 'ਚ ਪੜਿਆ ਹੀ ਕੋਈ ਨਹੀਂ, ਯਾ ਅੱਲਾ ਮੈਂ ਬੜਾ ਹੀ ਗੁਨਾਹਗਾਰਾ। ਮੇਰਾ ਰੱਬ ਤਾਈਓ ਹੀ ਤੇ ਕਹਿੰਦਾ, ਲਾ ਤੱਕ ਨਾ ਤੋਂ ਮੇਰਾ ਰਹਿਮਤ ਇਲਾ ਇਨਲਾ ਯਗ ਫਿਰ ਜ਼ਨੂ ਬਜਮੀ। ਰੱਬ ਕਹਿੰਦਾ ਗੁਨਾਹਗਾਰਾ ਆ ਜਾ, ਉਮੀਦ ਨਾ ਉਮੀ ਆ ਜਾ, ਤੂੰ ਕਹਿਣਾ ਯਾਰਾ ਮੈਂ ਬੜਾ ਗੁਨਾਹਗਾਰਾ, ਮੈਂ ਅਰਸ਼ਾਂ ਤੇ ਕਹਿਣਾ ਮੈਂ ਬੜਾ ਹੀ ਬਖਸ਼ਣ ਹਾਰਾ। ਯਾਰਾ ਮੇਰੇ ਜਿਹਾ ਗੁਨਾਹਗਾਰ ਕੋਈ ਨਹੀਂ, ਮੈਂ ਕਹਾਂਗਾ ਮੇਰੇ ਜਿਹਾ ਬਖਸ਼ਣ ਹਾਰ ਕੋਈ ਨਹੀਂ, ਰੱਬਾ ਬੜਾ ਗੁਨਾਹਗਾਰਾ। ਬਾਬਾ ਬਾਰ ਬਾਰ ਐਂ ਕਹਿੰਦਾ ਬੜਾ ਗੁਨਾਹਗਾਰਾ, ਲੇਕਿਨ ਤੇਰਾ ਯਾਰ ਆਵੇ ਮੇਰੇ ਘਰ ਆਵੇ। ਯਾਲਾ ਇਹਨੂੰ ਵੀ ਵਾਪਸ ਖਾਲੀ ਨਹੀਂ ਭੇਜਣਾ, ਯਾਲਾ ਕਿਹੜੀ ਜ਼ੁਬਾਨ ਨਾਲ ਪੜਾ, ਮੈਂ ਜ਼ਬਾਨੋ ਕਲਮਾ ਨਹੀਂ ਪੜਾ ਨਾ, ਯਾਲਾ ਦਿਲ ਵਿੱਚ ਸ਼ਰਮਿੰਦਾ ਨਾ ਆਵਾ,
ਦਿਲ ਵਿੱਚ ਕਲਮਾ ਪੜਨਾ ਵਾ ਨਾਲੇ ਤੋਬਾ ਕਰਨਾ ਵਾ। ਉਧਰ ਦਿਲ ਵਿੱਚ ਬਾਬੇ ਨੇ ਤੋਬਾ ਕੀਤੀ ਨਾਲੇ ਕਲਮਾ ਪੜਿਆ, ਮੇਰੇ ਨਬੀ ਮੁਸਕੁਰਾਉਣ ਲੱਗ ਪਏ। ਹਜ਼ਰਤ ਉਮਰ ਅਰਜ਼ ਕਰਦੇ ਨੇ, ਸੋਹਣਿਆ ਨਾ ਕੋਈ ਆਇਆ ਆਵੇ ਨਾ ਕੋਈ ਗਿਆ ਆਵੇ, ਨਾ ਬਾਬੇ ਲੱਭ ਹਲਾਇਆ ਆਵੇ, ਮੁਸਕੁਰਾਉਂਦੇ ਕਿਉਂ? ਮੇਰੇ ਨਬੀ ਕਹਿੰਦੇ ਨੇ, ਉਮਰ ਬਾਬੇ ਜ਼ਬਾਨੋਂ ਤੇ ਨਹੀਂ ਪੜਿਆ, ਦਿਲੋਂ ਪੜਿਆ ਆਵੇ, ਨਾਲੇ ਤੋਬਾ ਕੀਤੀ ਏ। ਰੱਬ ਬਾਬੇ ਦੇ ਦਿਲ ਦੀ ਤੋਬਾ ਕਬੋਂ ਓਲ ਕੀਤੀ ਏ, ਕਲਮਾ ਪੜਨਾ ਕਬੋਂ ਓਲ ਕੀਤਾ ਆਵੇ, ਰੱਬ ਬਾਬੇ ਦੇ ਸਾਰੇ ਗੁਨਾਹ ਮਾਫ ਕਰ ਛੱਡੇ ਨੇ, ਸਾਰੇ ਗੁਨਾਹ ਮਾਫ ਕਰ ਛੱਡੇ ਨੇ। ਮੀਆਂ ਸਾਹਿਬ ਐਵੇਂ ਦੇ ਨੇ ਕਹਿੰਦੇ, ਆਪ ਕਹਿੰਦੇ ਨੇ, ਬਾ ਆਪ ਹੈ ਹੀ ਖਿਦਮਤ ਕਰ ਲੈ, ਮਾਂ ਹੈ ਹੀ ਖਿਦਮਤ ਕਰ ਲੈ, ਵਰਨਾ ਮਾਵਾਂ ਵਾਲੇ ਲੋਕੋ ਮਾਵਾਂ ਦੇ ਕੁੱਲ ਉਹ ਸੈ ਫਰਿਆਦ ਲੈ ਜਾਂਦੇ, ਪਰ ਮੋਇਆ ਮਾਵਾਂ ਵਾਲੇ ਰੋ ਰੋ ਉਹ ਆਪੇ ਚੁੱਪ ਕਰ ਜਾਂਦੇ। ਮੇਰੀ ਤਕਰੀਰ ਦਾ ਆਖਰੀ ਸ਼ੇਰ, ਮੇਰੀ ਤਕਰੀਰ ਖਤਮ। ਐਵੇਂ ਤੇ ਨਹੀਂ ਜਨਾਬ, ਮੀਆਂ ਸਾਹਿਬ ਕਹਿੰਦੇ, ਲੋਕੋ ਆ ਜਾਓ ਮਾਪੇ ਹੈ ਜੇ ਖਿਦਮਤ ਕਰਾਂ ਆ ਲਓ। ਓਏ ਮਾਂ ਮਰੇ ਤੇ ਮਾਪੇ ਮੁੱਕ ਦੇ, ਬਾਪ ਮਰੇ ਬੇੜਾ ਵੇਲਾ, ਛਾਲਾ ਮਰਨਾ ਨਾ ਵੀਰ ਕਿਸੇ ਦੇ, ਉਹ ਉਜੜ ਜਾਂਦਾ ਜੇ ਮੇਲਾ। ਰੱਬ ਦੀ ਵੱਡੀ ਬਰਗਾ ਚ ਦੁਆ ਕਰਨਾ ਆਵਾ, ਰੱਬਾ ਜਿੰਨੇ ਵੀ ਆਏ ਨੇ ਜਾਂ ਜਿੰਨੇ ਵੀ ਸੁਣਨ ਡੇ ਨੇ, ਯਾ ਅੱਲਾ ਇਹਨਾਂ ਦਾ ਜਿਹੜਾ ਵੀ ਫੌਤ ਆਵੇ ਉਹਦੀ ਕਬਰ ਉੱਤੇ ਕਰੋੜਾਂ ਅਰਬਾਂ ਖਰਬਾਂ ਰਹਿਮਤਾਂ ਦਾ ਨਜ਼ੂਲ ਅਤਾ। ਕਰੋੜਾਂ ਅਰਬਾਂ ਕਰਬਾ ਰਹਿਮਤਾਂ ਦਾ ਨਜ਼ੂਲ ਅਤਾ ਫਰਮਾਏ, ਔਰ ਤੁਹਾਡੇ